ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਵਾਜ਼ੇ ਕੌਮ ਦੇ ਦਰਸ਼ਕੋ, ਇੱਕ ਵਾਰ ਫਿਰ ਤੁਹਾਡੀ ਕਚਹਿਰੀ ਦੇ ਵਿੱਚ ਹਾਜ਼ਰ ਹੋਏ ਹਾਂ ਤੇ ਇੱਕ ਨਵੇਂ ਪ੍ਰੋਗਰਾਮ ਦੇ ਨਾਲ। ਤੇ ਸਾਡੇ ਨਾਲ ਲਾਈਨ ਤੇ ਹਾਜ਼ਰ ਹਨ ਅਮਰੀਕਾ ਤੋਂ ਭਾਈ ਗੁਰਤੇਜ ਸਿੰਘ ਜੀ। ਤੇ ਉੱਥੇ ਅੱਜ ਕੱਲ ਵਿਵਾਦਿਤ ਪ੍ਰਚਾਰ ਕਹਿ ਸਕਦੇ ਹਾਂ, ਰਣਜੀਤ ਸਿੰਘ ਢੱਡਰੀਆਂ ਵਾਲਾ ਜਿਹੜੇ ਅਮਰੀਕਾ ਚ ਪਹੁੰਚੇ ਹੋਏ ਆ, ਉਹਨੂੰ ਲੈ ਕੇ ਉੱਥੇ ਦੇ ਤਾਜ਼ਾ ਹਾਲਾਤਾਂ ਬਾਰੇ ਕੱਲ ਉੱਥੇ ਜਿਹੜਾ ਮੁਜ਼ਾਹਰਾ ਵੀ ਕੀਤਾ ਗਿਆ, ਪ੍ਰੋਟੈਸਟ ਵੀ ਕੀਤਾ ਗਿਆ, ਤੇ ਹੋਰ ਜਿਹੜੀ ਗੱਲਬਾਤ ਹੈ ਵੀ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦਾ ਵਿਰੋਧ ਕਿਉਂ ਹੋ ਰਿਹਾ, ਤੇ ਸਾਡੇ ਨਾਲ ਲਾਈਨ ਤੇ ਜੁੜੇ ਹੋਏ ਹਨ ਭਾਈ ਗੁਰਤੇਜ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਗੁਰਦੇਵ ਸਿੰਘ ਜੀ, ਜਿੱਥੇ ਸ਼ਹੀਦੀਆਂ ਦਾ ਮਹੀਨਾ, ਪੋਹ ਦਾ ਮਹੀਨਾ ਚੱਲ ਰਿਹਾ ਕਲਗੀਧਰ ਪਾਤਸ਼ਾਹ ਦੇ ਨਾਲ, ਤੇ ਉੱਥੇ ਅਮਰੀਕਾ ਦੇ ਵਿੱਚ ਬੜੀ ਮਤਲਬ ਠੰਡ ਦੇ ਵਿੱਚ ਗਰਮੀ ਲੈਂਦੀ ਹੋਈ ਆ, ਤੁਸੀਂ ਪ੍ਰੋਟੈਸਟ ਕਰ ਰਹੇ ਆ, ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਜਿਹੜਾ ਉੱਥੇ ਪ੍ਰੋਗਰਾਮ ਕਰਨ ਆਏ ਆ ਸਾਹਿਬਜ਼ਾਦਿਆਂ ਦਾ, ਉਹਨਾਂ ਦੇ ਖਿਲਾਫ ਕੀ ਕਾਰਨ ਆ? ਬੜੇ ਅਫਸੋਸ ਦੀ ਗੱਲ ਹੈ ਜੀ, ਇਹ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਹੈ ਕਿ ਕੌਮ ਦੇ ਵਿੱਚ ਕੁਛ ਕੁ ਲੋਕਾਂ ਨੇ ਇਹੋ ਜਿਹੇ ਹਾਲਾਤ ਪੈਦਾ ਕੀਤੇ ਨੇ ਕਿ ਆਮ ਸ਼ਰਧਾਵਾਨ ਗੁਰੂ ਨਾਨਕ ਨਾਮ ਲੇਵਾ ਸਿੱਖਾਂ ਨੂੰ ਸੜਕ 'ਤੇ ਆ ਕੇ ਜਿੱਥੇ ਅਸੀਂ ਆਪਣੇ ਬਾਬਿਆਂ ਸਾਹਿਬਜ਼ਾਦਿਆਂ ਉਹਨਾਂ ਦੀਆਂ ਸ਼ਹਾਦਤਾਂ ਨੂੰ ਆਪਾਂ ਗੁਰੂ ਦੇ ਚਰਨਾਂ ਵਿੱਚ ਬੈਠ ਕੇ ਮਨਾਉਣਾ ਸੀ, ਸਾਨੂੰ ਮਜਬੂਰ ਕੀਤਾ ਜਾ ਰਿਹਾ ਹੈ ਕਿ ਅਸੀਂ ਬਾਹਰ ਆ ਕੇ ਅਤੇ ਉੱਥੇ ਆ ਕੇ ਅਸੀਂ ਇਹਨਾਂ ਗੁਰੂ ਕੇ ਨਿੰਦਕਾਂ ਨੂੰ, ਗੁਰੂ ਇਤਿਹਾਸ ਦੇ ਨਿੰਦਕਾਂ ਨੂੰ ਨੱਥ ਪਵਾਈਏ। ਸੋ ਇਹਦੇ ਬਾਰੇ ਮੈਂ ਤਾਂ ਹੁਣ ਤੁਹਾਨੂੰ ਕੀ ਦੱਸ ਸਕਦਾ ਵੀ ਇਹ ਇੱਕ ਵੱਡੀ ਸਾਜਿਸ਼ ਦਾ ਹੀ ਕੋਈ ਹਿੱਸਾ ਲੱਗਦਾ ਹੈ ਜਿਹੜੇ ਇਹ ਲੋਕ ਇਸ ਤਰ੍ਹਾਂ ਦੇ ਮੌਕੇ 'ਤੇ ਵੀ ਆ ਕੇ ਇਹੋ ਜਿਹੀਆਂ ਮਤਲਬ ਕਹਾਣੀਆਂ ਪਾਉਂਦੇ ਨੇ ਅਤੇ ਜਿਹੜੇ ਪ੍ਰਬੰਧਕ ਨੇ ਇਹੋ ਜਿਹਿਆਂ ਨੂੰ ਪ੍ਰਚਾਰਕਾਂ ਨੂੰ ਸੱਦਦੇ ਨੇ। ਇਹ ਕਿਹੜੀ ਜਗ੍ਹਾ, ਜਿੱਦਾਂ ਸੈਕਰੋਮੈਂਟ ਮਤਲਬ ਅਮਰੀਕਾ ਚ ਕਿੱਥੇ ਪੈ ਜਾਂਦਾ, ਤੇ ਗੁਰਦੁਆਰੇ ਦਾ ਨਾਂ ਕੀ ਆ, ਕਿੱਥੇ ਪ੍ਰੋਗਰਾਮ ਹੋ ਰਿਹਾ ਸੀ ਕਿ ਜਿਹੜਾ ਤੁਸੀਂ ਉੱਥੇ ਮਤਲਬ ਸਿੱਖ ਸੰਗਤਾਂ ਵਿਰੋਧ ਕਰ ਰਹੀ ਹੈ? ਸੈਕਰਾਮੈਂਟੋ ਜੀ ਕੈਲੀਫੋਰਨੀਆ, ਜਿੱਥੇ ਕਿ ਅਮਰੀਕਾ ਦੇ ਵਿੱਚ ਸਭ ਤੋਂ ਵੱਧ ਸਿੱਖਾਂ ਦੀ ਵਸੋਂ ਹੈ, ਹਾਂਜੀ, ਉਸ ਪ੍ਰਾਂਤ ਦਾ, ਉਸ ਸਟੇਟ ਦਾ ਇਹ ਰਾਜਧਾਨੀ ਹੈ ਸੈਕਰਾਮੈਂਟੋ। ਠੀਕ ਹੈ। ਤੇ ਸੈਕਰਾਮੈਂਟੋ ਦੇ ਵਿੱਚ ਹੋਰ ਵੀ ਕਈ ਗੁਰਧਾਮ ਹੈਗੇ ਨੇ ਤੇ ਉਹਨਾਂ ਵਿੱਚੋਂ ਇੱਕ ਗੁਰਦੁਆਰਾ ਜਿਹਦਾ ਨਾਮ ਦਸਮੇਸ਼ ਦਰਬਾਰ ਹੈ, ਇਹਨਾਂ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਨਾਂ ਤੇ ਆਪਣੇ ਗੁਰਦੁਆਰੇ ਦਾ ਨਾਂ ਰੱਖਿਆ ਹੈ। ਇੱਥੇ ਇਹਨਾਂ ਨੇ ਢੱਡਰੀਆਂ ਵਾਲੇ ਨੂੰ ਸੱਦਿਆ, ਪਹਿਲਾਂ ਵੀ ਸੱਦਿਆ ਸੀ ਇੱਕ ਵਾਰੀ ਤੇ ਐਤਕੀ ਫਿਰ ਦੁਬਾਰਾ ਸੱਦਿਆ ਜੀ। ਤੇ ਕੋਈ ਤੁਸੀਂ ਪ੍ਰਬੰਧਕਾਂ ਦੇ ਨਾਲ, ਜਿੱਦਾਂ ਇਹ ਸੜਕਾਂ ਤੇ ਆਉਣ ਨਾਲੋਂ, ਪ੍ਰੋਟੈਸਟ ਕਰਨ ਨਾਲੋਂ, ਪ੍ਰਬੰਧਕਾਂ ਦੇ ਨਾਲ ਬੈਠ ਕੇ ਜਿਸ ਤਰ੍ਹਾਂ ਇੱਥੇ ਇੰਗਲੈਂਡ ਦੇ ਵਿੱਚ ਸਾਰੀਆਂ ਪੰਥਕ ਜਥੇਬੰਦੀਆਂ, ਸਾਰੇ ਗੁਰਦੁਆਰਿਆਂ ਦੀਆਂ ਪ੍ਰਬੰਧਕ ਕਮੇਟੀਆਂ ਨੇ ਸਮੁੱਚੇ ਰੂਪ ਦੇ ਵਿੱਚ, ਸਾਂਝੇ ਰੂਪ ਦੇ ਵਿੱਚ ਇੱਕ ਫੈਸਲਾ ਕੀਤਾ ਵੀ ਜਿਹੜਾ ਕੋਈ ਵੀ ਵਿਅਕਤੀ ਖਾਸ ਤੌਰ ਤੇ ਇਹਨਾਂ ਦਾ ਰਣਜੀਤ ਸਿੰਘ ਢੱਡਰੀਵਾਲਾ ਦਾ ਨਾਂ ਲੈ ਕੇ ਤੇ ਹਰਿੰਦਰ ਸਿੰਘ ਇਹਨਾਂ ਦਾ ਕਚੇਲਾ ਇੱਥੇ ਇੰਗਲੈਂਡ ਤੋਂ, ਉਹਨਾਂ ਨੇ ਧੰਨ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਬਾਰੇ ਅਪਸ਼ਬਦ ਬੋਲੇ ਸੀ, ਇਹਨਾਂ ਦੋਨਾਂ ਦਾ ਜਿੱਦਾਂ ਬਾਈਕਾਟ ਕੀਤਾ, ਮਤਲਬ ਕਲੀਅਰਲੀ ਕਹਿਤਾ ਵੀ ਕੋਈ ਵੀ ਗੁਰਦੁਆਰਾ ਇਹਨਾਂ ਦਾ ਪ੍ਰੋਗਰਾਮ ਨਾ ਲਾਵੇ, ਤੇ ਸਮੁੱਚਾ ਜਿੱਦਾਂ ਮਤਲਬ ਸਰਬਸੰਮਤੀ ਦੇ ਨਾਲ ਫੈਸਲਾ ਹੋਇਆ, ਇਹ ਗੱਲ ਅਮਰੀਕਾ ਚ ਕਿਉਂ ਨਹੀਂ ਹੋ ਸਕਦੀ? ਅਮਰੀਕਾ ਵਿੱਚ ਹੋ ਸਕਦੀ ਹੈ ਜੀ, ਅਮਰੀਕਾ ਵਿੱਚ ਹੋ ਸਕਦੀ ਹੈ, ਤਾਂ ਹੀ ਹੋ ਸਕਦੀ ਹੈ ਵੀ ਜੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਸੁਹਿਰਦ ਹੋਣ, ਉਹਨਾਂ ਨੂੰ ਸਿੱਖੀ ਪ੍ਰਤੀ ਸ਼ਰਧਾ ਹੋਵੇ, ਭਾਵਨਾ ਹੋਵੇ। ਆਮ ਤੌਰ ਤੇ ਜਦੋਂ ਆਪਾਂ ਇਸ ਗੱਲ ਨੂੰ ਦੇਖਦੇ ਹਾਂ ਤੇ ਇਹ ਸਾਹਮਣੇ ਆਉਂਦੀ ਹੈ ਗੱਲ ਕਿ ਗੁਰੂ ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਕਿਹਾ, ਛਤਰੀ ਕੋ ਪੂਥੋਂ ਬਾਹਮਣ ਕੋ ਨਹਿ। ਤੇ ਆਮ ਗੁਰਦੁਆਰਿਆਂ ਦੇ ਵਿੱਚ ਹੁਣ ਗੱਲ ਇਹ ਬਣ ਚੁੱਕੀ ਹੈ ਕਿ ਅਸੀਂ ਤਾਂ ਜੀ ਬਸ ਕਥਾ ਕੀਰਤਨ ਕਰਨਾ, ਜੋ ਆਪਣਾ ਕੰਮ ਕਰਦਾ ਉਹ ਕਰੀ ਜਾਵੇ, ਅਸੀਂ ਕੀ ਲੈਣਾ। ਉਹਨਾਂ ਦਾ ਧਿਆਨ ਗੋਲਕਾਂ ਤਾਂ ਹੀ ਹੈ ਤੇ ਬਿਲਡਿੰਗਾਂ ਤਾਂ ਹੀ ਹੈ, ਇੱਕ ਤਾਂ ਗੱਲ ਆ। ਠੀਕ। ਤੇ ਦੂਸਰੀ ਗੱਲ ਇਹ ਹੈ ਜਿਹੜੀ ਆਹ ਦਸਮੇਸ਼ ਦਰਬਾਰ ਦੀ ਤੁਹਾਨੂੰ ਮੈਂ ਗੱਲ ਦੱਸਦਿਆਂ,
ਇਸ ਗੁਰਦੁਆਰੇ ਦੇ ਹਾਂਜੀ ਪ੍ਰਬੰਧਕਾਂ ਵਿੱਚੋਂ ਜਿਹੜੀ ਮਾਲਕੀ ਆ ਉਹ ਅਵਤਾਰ ਸਿੰਘ ਤਾਰੇ ਨਾਂ ਦਾ ਬੰਦਾ ਹੈ, ਉਹਦੇ ਨਾਲ ਚਾਰ ਬੰਦੇ ਨੇ ਤੇ ਉਹਨਾਂ ਦੀ ਇਹ ਮਾਲਕੀ ਹੈ। ਸੋ ਪਿਛਲੀ ਵਾਰੀ ਜਦੋਂ ਢੱਡੀਆਂ ਵਾਲਾ ਉੱਥੇ ਆਇਆ ਸੀ, ਹਾਂਜੀ ਹਾਂਜੀ ਇਹ ਪ੍ਰਾਈਵੇਟ ਜਗ੍ਹਾ ਆ, ਮਤਲਬ ਗੁਰਦੁਆਰਾ ਆ ਜਾਂ ਪ੍ਰਾਈਵੇਟ ਜਗ੍ਹਾ ਆ? ਦੇਖੋ ਜੀ, ਉਹ ਇਹ ਕਹਿੰਦਾ ਵੀ ਇਹ ਸਾਡੀ ਪ੍ਰਾਈਵੇਟ ਪ੍ਰੋਪਰਟੀ ਹੈ, ਉਹ ਇਹ ਕਹਿੰਦਾ ਅਸੀਂ ਤਾਂ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ ਅਸੀਂ ਤਾਂ ਉਹਨੂੰ ਗੁਰਦੁਆਰਾ ਮੰਨਦੇ ਹਾਂ, ਠੀਕ ਹੈ ਤੇ ਇਹ ਪਰ ਇਹ ਕਹਿੰਦਾ ਮੇਰੀ ਪ੍ਰਾਈਵੇਟ ਪ੍ਰੋਪਰਟੀ ਹੈ। ਸੋ ਉਹਨੂੰ ਪਤਾ ਹੋਊਗਾ ਠੀਕ ਬਈ ਉਹ ਕਿਵੇਂ ਮਤਲਬ ਇਹਨੂੰ ਪ੍ਰਾਈਵੇਟ ਪ੍ਰੋਪਰਟੀ ਕਹਿੰਦਾ। ਸੋ ਜਦੋਂ ਪਿਛਲੀ ਵਾਰੀ ਢੱਡੀਆਂ ਵਾਲਾ ਇੱਥੇ ਆਇਆ ਸੀ ਉਦੋਂ ਵੀ ਹਾਂਜੀ ਇਹਦੇ ਨਾਲ ਜਾ ਕੇ ਸਿੱਖਾਂ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ, ਵੱਖਰੇ ਵੱਖਰੇ ਗੁਰਦੁਆਰਿਆਂ ਦੇ ਪ੍ਰਬੰਧਕਾਂ ਨੇ ਇਹਨੂੰ ਸੰਪਰਕ ਕੀਤਾ ਸੀ ਤੇ ਠੀਕ ਹੈ ਇਹਨੇ ਸਾਫ ਸਾਫ ਇਹ ਗੱਲ ਕਹਿ ਦਿੱਤੀ ਸੀ ਕਿ ਜੇ ਤੁਸੀਂ ਮੈਨੂੰ ਇਸ ਕਾਰਨ ਵਾਸਤੇ ਮਿਲਣਾ ਚਾਹੁੰਦੇ ਹੋ ਕਿ ਢੱਡੀਆਂ ਵਾਲਿਆਂ ਦਾ ਮੈਂ ਪ੍ਰੋਗਰਾਮ ਬਦਲਾਂ, ਤੇ ਤੁਹਾਨੂੰ ਮੇਰੇ ਕੋਲ ਆਉਣ ਦੀ ਕੋਈ ਲੋੜ ਨਹੀਂ, ਕੋਈ ਲੋੜ ਨਹੀਂ ਤੁਹਾਨੂੰ ਮੇਰੇ ਕੋਲ ਆਉਣ ਦੀ। ਠੀਕ ਹੈ ਇਸ ਵਾਰੀ ਵੀ ਇਸ ਵਾਰੀ ਇਕੱਲੇ ਗੁਰਦੁਆਰੇ ਦੇ ਪ੍ਰਬੰਧਕ ਨਹੀਂ, ਹੋਰ ਵੀ ਆਮ ਜਿਹੜੇ ਇਹਦੇ ਗੁਰਦੁਆਰੇ ਵਿੱਚ ਜਾਂਦੇ ਨੇ ਇਹਦੇ ਨਾਲ ਦੇ ਇਹਦੇ ਰਿਸ਼ਤੇਦਾਰ ਵੀ ਨੇ, ਇਹਦੇ ਹਮਾਇਤੀ ਵੀ ਨੇ, ਇਸ ਗੁਰਦੁਆਰੇ ਦੀ ਸੰਗਤ ਵੀ ਹੈ, ਉਹਨਾਂ ਨੇ ਵੀ ਇਹਨੂੰ ਕਿਹਾ ਕਿ ਵੀ ਤੂੰ ਇਹ ਕੰਮ ਨਾ ਕਰ, ਇਹ ਬੰਦਾ ਠੀਕ ਨਹੀਂ ਗਾ, ਢੱਡੀਆਂ ਵਾਲਾ ਇੱਥੇ ਨਾ ਸੱਦ, ਵੀ ਸ਼ਹਿਰ ਦੇ ਵਿੱਚ ਐਵੇਂ ਫੁੱਟ ਪੈਂਦੀ ਹੈ, ਫਸਾਦ ਬਣਦਾ, ਕੋਈ ਫਾਇਦਾ ਨਹੀਂ ਗਾ। ਤੇ ਇਹਨੇ ਉਹਨਾਂ ਨੂੰ ਵੀ ਕਹਿ ਦਿੱਤਾ ਵੀ ਤੁਸੀਂ ਨਹੀਂ ਆਉਣਾ, ਨਾ ਆਓ, ਮੈਂ ਤਾਂ ਢੱਡੀਆਂ ਵਾਲੇ ਨੂੰ ਸੱਦਣਾ ਹੀ ਸੱਦਣਾ। ਸੋ ਇਹ ਇਹਦੀ ਹਾਲਾਤ ਹੈ। ਹੁਣ ਤੁਸੀਂ ਇਹਦੇ ਉਸ ਸੋਚ ਤੋਂ ਵੀ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਦੀਵਾਲੀ ਵਾਲੀ ਰਾਤ ਨੂੰ ਇੱਥੇ ਇਹਨੇ ਇੱਕ ਪੰਡਿਤ ਨੂੰ ਜਿਹਨੇ ਜਨੇਊ ਪਾਇਆ ਸੀ ਉਹਨੂੰ ਬਿਠਾ ਕੇ ਤੇ ਮਹਾਰਾਜ ਦੇ ਦਰਬਾਰ 'ਚ ਉੱਥੇ ਸਟੇਜ 'ਤੇ ਬਿਠਾ ਕੇ ਕਥਾ ਕਰਨ ਲਾਇਆ ਹੋਇਆ ਸੀ। ਤੁਸੀਂ ਇੱਥੋਂ ਅੰਦਾਜ਼ਾ ਲਾ ਸਕਦੇ ਹੋ ਬਈ ਇਹਨਾਂ ਦੀ ਬਿਰਤੀ ਕਹੀ ਜੀ ਹੈ। ਗੁਰਤੇਜ ਸਿੰਘ ਜੀ, ਮਤਲਬ ਜੇ ਇੰਨਾ ਕੁਛ ਹੋ ਰਿਹਾ, ਮਤਲਬ ਠੀਕ ਹੈ ਆਪਾਂ ਕਿਸੇ ਧਰਮ ਦੇ ਖਿਲਾਫ਼ ਨਹੀਂ, ਕਿਸੇ ਵਿਅਕਤੀ ਦੇ ਉਹ ਜਿਹਦੇ ਮਰਜ਼ੀ ਧਰਮ ਨਾ ਹੋਵੇ, ਪਰ ਗੁਰਦੁਆਰੇ ਦੇ ਵਿੱਚ ਪੰਡਿਤ ਨੂੰ ਲਿਆ ਕੇ ਬੁਲਾਉਣਾ, ਫਿਰ ਹੁਣ ਜਿਹੜਾ ਢੱਡੀਆਂ ਵਾਲਾ ਰਣਜੀਤ ਸਿੰਘ ਹੈ ਇਹਨਾਂ ਨੂੰ ਇੱਕ ਪਾਸੇ ਤੇ ਜਿੱਦਾਂ ਵਿਚਾਰ ਕਰਨ ਵਾਸਤੇ ਕਹਿ ਰਹੇ, ਉੱਥੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਨੇ 5 ਮੈਂਬਰੀ ਕਮੇਟੀ ਵੀ ਬਣਾਈ ਆ, ਉਹਦੇ ਅੱਗੇ ਵੀ ਪੇਸ਼ ਨਹੀਂ ਹੋਣਾ, ਵਿਚਾਰ ਕਰਨ ਨੂੰ ਵੀ ਤਿਆਰ ਨੇ, ਕੋਈ ਕੌਮ ਦੇ ਨਾਲ ਕਿਸੇ ਗੱਲ ਦਾ ਨਿਬੇੜਾ ਕਰਨ ਨੂੰ ਤਿਆਰ ਨੇ, ਵੀ ਜਿਹੜਾ ਇਹ ਵਾਦ ਹੁੰਦਾ ਉਹਨੂੰ ਕਿੱਦਾਂ ਖਤਮ ਕੀਤਾ ਜਾਵੇ, ਫਿਰ ਵੀ ਉਸ ਵਿਅਕਤੀ ਨੂੰ ਬੁਲਾਉਣਾ ਤੇ ਇਹਦੇ ਪਿੱਛੇ ਕੀ ਸਾਜਿਸ਼ ਆ? ਦੇਖੋ ਸਾਜਿਸ਼ ਤਾਂ ਹੁਣ ਬੜੀ ਸਾਹਮਣੀ ਗੱਲ ਹੈ, ਜਾਂ ਤਾਂ ਮੂਰਖਤਾ ਹੈ ਹਾਂ, ਤੇ ਜਾਂ ਫਿਰ ਜ਼ਿੱਦ ਹੈ, ਤੇ ਜਾਂ ਫਿਰ ਇਹਨਾਂ ਨੂੰ ਮਤਲਬ ਕਿਸੇ ਗੱਲ ਦਾ ਲਾਲਚ ਹੈ। ਇਹਨਾਂ ਤਿੰਨਾਂ ਚੀਜ਼ਾਂ ਤੋਂ ਹੋਰ ਕੋਈ ਇਲਾਵਾ ਗੱਲ ਹੋ ਨਹੀਂ ਸਕਦੀ। ਮੂਰਖਤਾ ਵੀ ਬੜੀ ਵੱਡੀ ਗੱਲ ਹੁੰਦੀ ਹੈ, ਮੂਰਖਤਾ ਵੀ ਹੋ ਸਕਦੀ ਹੈ, ਮਤਲਬ ਬੰਦੇ ਨੂੰ ਪਤਾ ਹੀ ਨਹੀਂ ਵੀ ਜੋ ਮੈਂ ਗੱਲ ਫੈਸਲਾ ਲੈ ਰਿਹਾ ਇਹਦਾ ਹਸ਼ਰ ਕੀ ਹੋਣਾ ਹੈ ਕਿ ਨਹੀਂ। ਤੇ ਤਾਂ ਕਰਕੇ ਮੈਨੂੰ ਇਹ ਮਹਿਸੂਸ ਹੁੰਦਾ ਹੈ ਵੀ ਇਹਦੇ ਵਿੱਚ ਵੀ ਕੋਈ ਵੱਡੀ ਗੱਲ ਨਹੀਂ ਕਿ ਅਵਤਾਰ ਸਿੰਘ ਤਾਰਾ ਆਪਣੇ ਆਪ ਸ਼ਾਇਦ ਇਸ ਗੱਲ ਨੂੰ ਪੂਰੀ ਤਰ੍ਹਾਂ ਨਾ ਸਮਝਦਾ ਹੋਵੇ, ਪਰ ਉਹ ਵਰਤਿਆ ਜਾ ਰਿਹਾ ਹੋਵੇ, ਉਹਦੇ ਆਲੇ ਦੁਆਲੇ ਕੁਛ ਇਹੋ ਜਿਹੇ ਬੰਦਿਆਂ ਨੇ ਆ ਕੇ ਘੇਰਾ ਪਾਇਆ ਹੋਇਆ ਹੋਵੇ ਜਿਹੜੇ ਉਹਨੂੰ ਮਜਬੂਰ ਕਰ ਰਹੇ ਨੇ ਕਿਸੇ ਵਜ੍ਹਾ ਕਰਕੇ ਕਿ ਤੂੰ ਇਸ ਤਰ੍ਹਾਂ ਦਾ ਕੰਮ ਕਰ, ਤੇ ਉਹਨਾਂ ਦੇ ਬਹਿਕਾਵੇ ਵਿੱਚ ਆ ਕੇ ਫੈਸਲੇ ਲੈ ਰਿਹਾ। ਤੇ ਇਹ 3 ਦਿਨ ਦਾ ਪ੍ਰੋਗਰਾਮ ਹੋ ਰਿਹਾ, ਕੱਲ ਤੁਸੀਂ ਉੱਥੋਂ ਚਲੋ ਜਿੰਨਾ ਕੁ ਤੁਸੀਂ ਕੋਸ਼ਿਸ਼ ਕੀਤੀ ਆ, ਲਾਈਵ ਵੀ ਦੇਖਿਆ, ਕੁਝ ਝਲਕੀਆਂ ਦੇਖੀਆਂ ਤੁਸੀਂ ਪ੍ਰੋਗਰਾਮ, ਕਾਫੀ ਮੇਰੇ ਖਿਆਲ 2-3 ਘੰਟੇ ਲਗਾਤਾਰ ਤੁਸੀਂ ਮਤਲਬ ਇੰਨੀ ਠੰਡ ਦੇ ਵਿੱਚ ਉੱਥੇ ਬਾਹਰ ਸਿੱਖ ਸੰਗਤਾਂ ਨੂੰ ਲੈ ਕੇ ਪ੍ਰੋਟੈਸਟ ਕਰਦੇ ਰਹੇ ਆ, ਤੇ ਜਿਹੜਾ ਇੱਥੋਂ ਦਾ ਪ੍ਰਸ਼ਾਸਨ ਦਾ, ਪੁਲਿਸ ਦਾ ਜਾਂ ਤੁਹਾਡਾ ਉਹ ਪ੍ਰੋਟੈਸਟ ਕਰਨ ਦਾ ਕੋਈ ਫਾਇਦਾ ਹੋਇਆ? ਸੰਗਤਾਂ ਤੇ ਵੀ ਕਹਿੰਦੀਆਂ ਜੇ 4 ਬੰਦੇ ਆ ਜਾਂਦੇ ਆ ਐਵੇਂ ਰੌਲਾ ਬਾਹਰ ਗੁਰਦੁਆਰੇ ਪਾਈ ਜਾਂਦੇ ਰਹਿੰਦੇ ਆ, ਤੇ ਕਿਸੇ ਨੂੰ ਗੱਲ ਨਹੀਂ ਕਰਨ ਦਿੰਦੇ, ਸਾਡਾ ਜਿਹੜਾ ਗੁਰਦੁਆਰੇ ਦਾ ਪ੍ਰੋਗਰਾਮ ਹੈ ਉਹਨੂੰ ਵੀ ਖਰਾਬ ਕਰ। ਦੇਖੋ ਜੀ, ਗੱਲ 4 ਬੰਦਿਆਂ ਦੀ ਜਾਂ 200 ਬੰਦੇ ਦੀ ਨਹੀਂ ਹੈ, ਬੰਦਾ ਤਾਂ ਇੱਕ ਹੋਵੇ ਤੇ ਜਾਗਦੀ ਜ਼ਮੀਰ ਵਾਲਾ ਹੋਵੇ। ਠੀਕ ਹੈ, ਸਾਡੇ ਸਾਹਮਣੇ ਚੁਣੌਤੀ ਇਹ ਸੀ ਕਿ 1978 13 ਅਪ੍ਰੈਲ ਹਾਂਜੀ ਵਿਸਾਖੀ ਵਾਲਾ ਦਿਨ ਸ਼ਹਿਰ ਅੰਮ੍ਰਿਤਸਰ,
ਗੁਰੂ ਕੀ ਨਗਰੀ, ਹਾਂ ਠੀਕ, ਉੱਥੇ ਜਦੋਂ ਨਰਕ ਧਾਰੀਆਂ ਨੇ, ਗੁਰੂ ਕੇ ਨਿੰਦਕਾਂ ਨੇ ਆਪਣਾ ਜਲਸਾ ਕੀਤਾ, ਤੇ ਉਦੋਂ ਇੱਕ ਦਿਨ ਪਹਿਲਾਂ ਜੋ ਉਹਨਾਂ ਨੇ ਅੰਮ੍ਰਿਤਸਰ ਸਾਹਿਬ ਦੇ ਵਿੱਚ ਆਪ ਦਾ ਜਲੂਸ ਕੱਢਿਆ, ਉਹਦੇ ਵਿੱਚ ਜੋ ਉਹਨਾਂ ਨੇ ਗੁਰੂ ਪ੍ਰਤੀ ਅਪਮਾਨਜਨਕ ਸ਼ਬਦਾਵਲੀ ਵਰਤੀ, ਉਹ ਉਸ ਸਮੇਂ ਦੇ ਜ਼ਿੰਮੇਵਾਰ ਸਿੱਖਾਂ ਦੇ ਮਹਾਂਪੁਰਖਾਂ ਦੇ ਕੰਨਾਂ ਵਿੱਚ ਆ ਕੇ ਪਈ। ਠੀਕ ਹੈ, ਉਹਨਾਂ ਨੇ ਇਹ ਫੈਸਲਾ ਕੀਤਾ ਕਿ ਵੀ ਇਹ ਸਰਕਾਰ ਨਾਲ ਸੰਪਰਕ ਕਰੀਏ। ਮਹਾਂਮੰਤਰੀ ਸੀ ਉਦੋਂ ਜੀਵਨ ਸਿੰਘ ਉਮਰਾ ਨੰਗਲ, ਮਹਾਂਪੁਰਖਾਂ ਨੇ ਉਹਦੇ ਨਾਲ ਗੱਲ ਕੀਤੀ, ਉਹ ਕਹਿੰਦਾ ਮੈਂ ਕਿਸੇ ਨਹੀਂ ਰੋਕ ਸਕਦਾ। ਠੀਕ ਹੈ, ਸੋ ਸਾਡੇ ਸਾਹਮਣੇ ਤਾਂ ਭਾਈ ਉਹ ਪ੍ਰੈਸੀਡੈਂਟ ਹੈਗਾ ਕਿ ਜਦੋਂ ਵੀ ਇਹ ਗੁਰੂ ਕੇ ਨਿੰਦਕ ਗੁਰੂ ਕੇ ਇਤਿਹਾਸ ਜਾਂ ਗੁਰੂ ਕੀ ਬਾਣੀ ਦੇ ਖਿਲਾਫ ਖੜਨਗੇ, ਤੇ ਭਾਵੇਂ ਇੱਕ ਬੰਦਾ ਹੀ ਕਿਉਂ ਨਾ ਹੋਵੇ, ਉਹਨੂੰ ਵੀ ਉਹਦੇ ਖਿਲਾਫ ਆਵਾਜ਼ ਉਠਾਉਣ ਦਾ ਉਹਦਾ ਫਰਜ਼ ਬਣਦਾ, ਅਸੀਂ ਇੱਦਾਂ ਸੋਚਦੇ ਹਾਂ, ਮੇਰੇ ਨਿੱਜੀ ਖਿਆਲ ਇਹ ਹੈ। ਪਰ ਇੱਥੇ ਤਾਂ ਕੱਲ੍ਹ ਤਾਂ ਮਤਲਬ ਬੱਚੇ ਬੱਚੀਆਂ ਵੱਡੇ ਬਜ਼ੁਰਗ ਸਿਆਣੇ, ਮੈਨੂੰ ਲੱਗਦਾ ਵੀ ਘੱਟੋ ਘੱਟ 200 ਬੰਦਾ ਉੱਥੇ ਇਕੱਠਾ ਹੋਇਆ ਹੋਇਆ ਸੀਗਾ ਕੱਲ੍ਹ ਤਾਂ। ਠੀਕ ਹੈ, ਆਮ ਗੁਰਦੁਆਰਿਆਂ ਦੇ ਵਿੱਚ ਜਦੋਂ ਕੋਈ ਸੰਗਤ ਜਾਂਦੀ ਹੈ, ਮੈਨੂੰ ਲੱਗਦਾ ਵੀ ਬਹੁਤੇ ਜਿਹੜੀ ਸੰਗਤ ਜਾਂਦੀ ਹੈ ਉਹ ਸ਼ਰਧਾ ਵਾਲੀ ਹੈ, ਉਹਨਾਂ ਦੇ ਮਨ ਵਿੱਚ ਗੁਰੂ ਪ੍ਰਤੀ ਪੂਰਾ ਪਿਆਰ ਹੈ ਤੇ ਸਤਿਕਾਰ ਹੈ। ਹਾਂ, ਇਹ ਵੱਖਰੀ ਗੱਲ ਹੈ ਕਿ ਉਹਨਾਂ ਨੂੰ ਇਤਿਹਾਸ ਤੋਂ ਜਾਣਕਾਰੀ ਨਹੀਂ, ਉਹਨਾਂ ਨੂੰ ਬਾਣੀ ਦੇ ਸਿਧਾਂਤ ਦਾ ਪੂਰਾ ਪਤਾ ਨਹੀਂ, ਪਰ ਉਹ ਗੁਰੂ ਸਾਹਿਬ ਦਾ ਪੂਰਾ ਸਤਿਕਾਰ ਕਰਦੇ ਹੈ। ਸਾਡਾ ਇਹ ਫਰਜ਼ ਸੀਗਾ ਕਿ ਅਸੀਂ ਉੱਥੇ ਜਾ ਕੇ ਉਹਨਾਂ ਨੂੰ ਪਹਿਲੀ ਗੱਲ ਤਾਂ ਇਹ ਦੱਸੀਏ ਵੀ ਅਸੀਂ ਇਹਦਾ ਵਿਰੋਧ ਕਿਉਂ ਕਰਦੇ ਹਾਂ। ਠੀਕ, ਜਿਵੇਂ ਇਹ ਨਰਕ ਧਾਰੀਆ ਕਿਵੇਂ ਬਣਿਆ, ਦੇਖੋ ਪੁਰਾਣਾ ਇਤਿਹਾਸ ਜੋ ਸਾਨੂੰ ਦੱਸਦਾ ਹੈ ਉਹ ਇਹ ਸੀ ਕਿ ਹਿੰਦੁਸਤਾਨ ਦੀ ਸਰਕਾਰ ਨੇ ਵੱਖਰੇ ਵੱਖਰੇ ਤਰੀਕਿਆਂ ਦੇ ਨਾਲ ਪਹਿਲਾਂ ਸਿੱਖੀ ਨੂੰ ਢਾਲ ਆਉਣ ਵਾਸਤੇ ਗੁਰੂ ਡੰਮ ਪੈਦਾ ਕੀਤੀ, ਭਾਵੇਂ ਉਹਦੇ ਵਿੱਚ ਨਰਕ ਧਾਰੀਆ ਸੀ, ਰਾਧਾ ਸਵਾਮੀ ਸੀ, ਭਨੇਰੇ ਵਾਲਾ ਸੀ, ਆ ਝੂਠੇ ਸੱਚੇ ਸੌਦੇ ਵਾਲਾ ਸੀ, ਇਹ ਸਾਰੇ। ਹੁਣ ਉਹਨਾਂ ਨੂੰ ਇਹ ਪਤਾ ਲੱਗ ਗਿਆ ਵੀ ਸਿੱਖ ਕਿਸੇ ਵੀ ਹਾਲਾਤ ਦੇ ਵਿੱਚ ਬਹੁਤੀ ਸੰਖਿਆ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਪੱਲਾ ਨਹੀਂ ਛੱਡਦੇ, ਦੇਹਧਾਰੀ ਮਗਰ ਲੱਗ ਕੇ ਰਾਜੀ ਨਹੀਂ ਕਿ ਜਿਹੜੇ ਸਿੱਖ ਨੇ, ਇਹ ਸਰਕਾਰ ਨੂੰ ਪਤਾ ਲੱਗ ਗਿਆ। ਸੋ ਹੁਣ ਉਹਨਾਂ ਨੇ ਨੀਤੀ ਆਪਣੀ ਬਦਲ ਲਈ, ਹੁਣ ਉਹਨਾਂ ਨੇ ਨੀਤੀ ਬਦਲ ਕੇ ਕੀ ਕੀਤਾ ਕਿ ਉਹਨਾਂ ਨੇ ਇਹੋ ਜਿਹੇ ਬੰਦੇ ਚੁਣੇ ਜਿਹੜੇ ਵਿਕਾਊ ਸੀ, ਉਹਨਾਂ ਨੂੰ ਕਿਹਾ ਕਿ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਆ ਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਨਿੰਦਿਆ ਨਿਰਾਦਰ ਕਰੋ। ਹੁਣ ਤੁਸੀਂ ਦੱਸੋ ਕਿਹੜਾ ਸਿੱਖ ਹੋਊਗਾ ਜਿਹੜਾ ਇਸ ਗੱਲ ਨੂੰ ਸਵੀਕਾਰ ਕਰ ਲਵੇ ਕਿ ਗੁਰੂ ਨਾਨਕ ਦੇਵ ਜੀ ਇੱਕ ਆਮ ਮਨੁੱਖ ਸੀ, ਉਹਨਾਂ ਦੇ ਕੰਮ ਚੰਗੇ ਸੀ ਤਾਂ ਕਰਕੇ ਉਹ ਗੁਰੂ ਬਣ ਗਏ। ਸਿੱਖਾਂ ਨੇ ਵੀ ਬਾਹਮਣਾਂ ਵਾਂਗੂ ਅਵਤਾਰਵਾਦ ਨੂੰ ਬੜਾਵਾ ਦਿੱਤਾ, ਇਹ ਹੁਣ ਗੱਲਾਂ ਦੱਸੋ ਸਿੱਖ ਸਮਝ ਸਕ ਸੁਣ ਸਕਦਾ ਭਲਾ ਕਦੇ ਕੋਈ? ਅਖੇ ਜੀ ਪੰਜੇ ਨੂੰ ਪੰਜਾ ਕਿਵੇਂ ਲਾ ਸਕਦੇ, ਵੀ ਤਾਂ ਡਰਾਮਾ ਝੂਠ ਹੈ, ਪੰਜਾ ਸਾਹਿਬ ਗੁਰਦੁਆਰਾ ਕਿੱਦਾਂ ਐਵੇਂ ਬਣਾਇਆ ਹੋਇਆ ਡਰਾਮਾ, ਫਿਰ ਕਹਿਣਗੇ ਹਨੂੰਮਾਨ ਵੀ ਪਹਾੜੀ ਚੱਕ ਲਈ ਸਾਰੀ। ਸੋ ਇਹ ਜਿਹੀਆਂ ਬੇਹੁਦਾ ਜਦੋਂ ਗੱਲਾਂ ਕੋਈ ਕਰਦਾ ਗੁਰੂ ਸਾਹਿਬ ਪ੍ਰਤੀ, ਉਹ ਹੁਣ ਤੁਸੀਂ ਦੱਸੋ ਵੀ ਅਸੀਂ ਉਹਨੂੰ ਕਿਵੇਂ ਨਾ ਇਹ ਸਮਝੀਏ ਬਈ ਇਹ ਵੀ ਨਰਕ ਧਾਰੀਆ ਹੀ ਹੈ, ਜੋ ਉਹਨਾਂ ਦੇ ਲੱਛਣ ਸੀ ਉਹੀ ਲੱਛਣ ਇਹਦੇ ਨੇ, ਬਾਣੀ ਦੇ ਅਰਥ ਵਿਗਾੜ ਵਿਗਾੜ ਕੇ ਪੇਸ਼ ਕਰਨੇ। ਹਾਂਜੀ, ਸੋ ਇਹ ਗੱਲਾਂ ਸਾਨੂੰ ਇਹ ਮਤਲਬ ਮਜਬੂਰ ਕਰਦੀਆਂ ਨੇ, ਜਦੋਂ ਕੋਈ ਬੰਦਾ ਨਰਕ ਧਾਰੀਆਂ ਵਾਲੇ ਨਕਸ਼ੇ ਕਦਮਾਂ ਤੇ ਚੱਲੂਗਾ ਤੇ ਜਾਗਦੀ ਜ਼ਮੀਰ ਵਾਲੇ ਸਿੱਖ ਉਹਦਾ ਵਿਰੋਧ ਮੈਨੂੰ ਲੱਗਦਾ ਭਾਵੇਂ ਇਕੱਲਾ ਇਕੱਲਾ ਹੀ ਕਿਉਂ ਨਾ ਹੋਵੇ ਕਿਸੇ ਸ਼ਹਿਰ ਦੇ ਵਿੱਚ, ਉਹ ਜ਼ਰੂਰ ਕਰੂਗਾ। ਹੁਣ ਜ਼ਿੰਮੇਵਾਰੀ ਬਣਦੀ ਹੈ ਪ੍ਰਬੰਧਕਾਂ ਦੀ ਗੁਰਦੁਆਰਿਆਂ ਦੀ ਬਈ ਉਹ ਇਸ ਚੀਜ਼ ਨੂੰ ਸਮਝਣ ਤੇ ਆਪਣੀ ਜ਼ਿੰਮੇਵਾਰੀ ਨੂੰ ਸਮਝ ਕੇ ਜਿਹੜੇ ਗੁਰੂ ਦਾ ਉਹ ਹੋਕਾ ਦਿੰਦੇ ਨੇ ਉਹਦੇ ਪ੍ਰਤੀ ਜ਼ਿੰਮੇਵਾਰੀ ਦੇ ਨਾਲ ਹੋ ਕੇ ਤੇ ਬਾਕੀਆਂ ਨੂੰ ਨਾਲ ਲੈ ਕੇ ਤੇ ਨਾਲ ਮਤਲਬ ਇਸ ਗੱਲ 'ਚ ਉਹ ਫੈਸਲਾ ਲੈਣ ਵੀ ਹਾਂ ਆਪਾਂ ਇਹੋ ਜਿਹਾ ਕੰਮ ਆਪਣੇ ਸ਼ਹਿਰਾਂ ਵਿੱਚ ਨਹੀਂ ਹੋਣ ਦੇਣ। ਤੁਹਾਡਾ ਸਵਾਲ ਸੀ ਉੱਥੇ ਕੱਲ ਹੋਇਆ ਕੀ, ਹੈ ਨਾ ਪੁਲਿਸ, ਅਸੀਂ ਜਦੋਂ ਉੱਥੇ ਗਏ ਹਾਂ ਹਾਂਜੀ ਉੱਥੇ ਕੋਈ ਲਗਭਗ ਅਸੀਂ ਮੇਰਾ ਖਿਆਲ ਹੈ ਵੀ ਜਾਂਦਿਆਂ ਨੂੰ 100 ਬੰਦਾ ਸੀ, ਸਿੱਖ ਇਕੱਠੇ ਹੋ ਗਏ ਸੀ 100 ਤੇ ਜਦੋਂ ਅਸੀਂ ਸਤਨਾਮ ਵਾਹਿਗੁਰੂ ਦਾ ਜਾਪ ਕਰਦੇ ਹਾਂ ਗੁਰਦੁਆਰੇ ਦੇ ਗੇਟ ਵੱਲ ਨੂੰ ਗਏ ਹਾਂ ਤੇ ਸਾਹਮਣੇ ਪੁਲਿਸ ਵਾਲਿਆਂ ਨੇ ਸਾਨੂੰ ਰੋਕ ਲਿਆ। ਠੀਕ ਹੈ, ਪੁਲਿਸ ਵਾਲੇ ਤਾਂ ਵਿਚਾਰੇ ਆਪਣਾ ਫਰਜ਼ ਨਿਭਾ ਰਹੇ ਨੇ, ਉਹਨਾਂ ਦੀ ਡਿਊਟੀ ਹੈ,
ਤੇ ਉਹਨਾਂ ਨੂੰ ਕਾਨੂੰਨ ਦਾ ਵੀ ਪਤਾ ਹੈ, ਤੇ ਉਹਨਾਂ ਨੇ ਸਿੱਖਾਂ ਨੇ ਕਿਹਾ ਵੀ ਸਾਡਾ ਤਾਂ ਮਤਲਬ ਇੱਥੇ ਜੋ ਅਸੀਂ ਰੋਸ ਕਰਨਾ ਇਹ ਸਾਡਾ ਹੱਕ ਬਣਦਾ। ਉਹਨਾਂ ਨੇ ਕਿਹਾ ਵੀ ਚੰਗਾ ਠੀਕ ਹੈ, ਤੁਸੀਂ ਅੰਦਰ ਨਹੀਂ ਜਾ ਸਕਦੇ ਪਰ ਤੁਸੀਂ ਬਾਹਰ ਸੜਕ ਤੇ ਖੜ ਕੇ ਗੱਲ ਕਰ ਸਕਦੇ। ਸੋ ਉਦੋਂ ਸਿੱਖਾਂ ਨੇ ਆ ਕੇ ਉੱਥੇ ਬਾਹਰ ਆਪਣਾ ਸੜਕ ਤੇ ਖੜ ਕੇ ਉਹਨਾਂ ਕੋਲ ਫੱਟੇ ਬਣਾਏ ਹੋਏ ਸੀ ਜਿਹਦੇ ਵਿੱਚ ਇਹ ਲਿਖਿਆ ਹੋਇਆ ਸੀ ਵੀ ਅਕਾਲ ਤਖ਼ਤ ਸਾਹਿਬ ਨੂੰ ਬੇਨਤੀ ਹੈ ਵੀ ਇਹੋ ਜਿਹੇ ਨੂੰ ਨੱਥ ਪਾਈ ਜਾਵੇ। ਇਹਨੂੰ ਨਾਲ ਇਹ ਕਿਹਾ ਹੋਇਆ ਸੀਗਾ ਵੀ ਜਿੱਥੋਂ ਤੱਕ ਸਾਨੂੰ ਇਹ ਮਹਿਸੂਸ ਹੋ ਰਿਹਾ ਵੀ ਜਿਸ ਤਰ੍ਹਾਂ ਯਹੂਦੀਆਂ ਦੀ ਨਸਲਕੁਸ਼ੀ ਹਿਟਲਰ ਨੇ ਕੀਤੀ ਸੀ ਤੇ ਉਸ ਨਸਲਕੁਸ਼ੀ ਦੇ ਵਿੱਚ ਕੁਛ ਯਹੂਦੀ ਵੀ ਆਪ ਸ਼ਾਮਿਲ ਹੋਏ ਸੀ ਨਾਲ ਦੇ ਯਹੂਦੀ ਭਰਾਵਾਂ ਭੈਣਾਂ ਨੂੰ ਮਰਵਾਉਣ ਵਾਸਤੇ, ਉਸੇ ਤਰ੍ਹਾਂ ਹੀ ਅਸੀਂ ਇਹ ਸਮਝਦੇ ਹਾਂ ਕਿ ਇਹ ਢੱਡਰੀਆਂ ਵਾਲਾ ਵੀ ਉਹਨਾਂ ਹੀ ਨਕਸ਼ੇ ਕਦਮਾਂ ਤੇ ਚੱਲ ਕੇ ਹਿੰਦੁਸਤਾਨ ਦੇ ਹਿਟਲਰਾਂ ਦੇ ਨਾਲ ਰਲ ਕੇ ਸਿੱਖਾਂ ਦੀ ਨਸਲਕੁਸ਼ੀ ਕਰਵਾਉਣ ਦੇ ਵਿੱਚ ਭਾਗੀਦਾਰ ਬਣ ਰਿਹਾ, ਸਾਡੇ ਇਤਿਹਾਸ ਨੂੰ ਵਿਗਾੜ ਰਿਹਾ, ਸਾਡੀ ਬਾਣੀ ਦੇ ਅਨਰਥ ਕਰ ਰਿਹਾ। ਸੋ ਸਿੱਖਾਂ ਦੇ ਕਿਰਦਾਰ ਤੇ ਮਤਲਬ ਦੇਖੋ, ਮਾਤਾ ਭਾਗ ਕੌਰ ਹੋਣਾ ਦੇ ਕਿਰਦਾਰ ਤੇ, ਸਾਡੇ ਗੁਰੂ ਸਾਹਿਬਾਨਾਂ ਦੇ ਕਿਰਦਾਰ ਤੇ ਮਤਲਬ ਇਹ ਚਿੱਕੜ ਉਛਾਲ ਰਹੇ ਆ। ਸੋ ਸਾਡਾ ਫਿਰ ਇਹ ਜਦੋਂ ਅਸੀਂ ਉਹਨਾਂ ਨੂੰ ਇਹ ਗੱਲ ਸਮਝਾਈ ਤੇ ਉੱਥੇ ਜਾ ਕੇ ਅਸੀਂ ਇਹ ਉੱਥੇ ਪਹਿੜਾ ਦਿੱਤਾ, ਖੜੇ ਹੋਏ, ਸਤਨਾਮ ਵਾਹਿਗੁਰੂ ਦਾ ਜਾਪ ਹੋਇਆ, ਇਹਨਾਂ ਦੇ ਪ੍ਰਬੰਧਕਾਂ ਨੂੰ ਥੋੜੀ ਜਿਹੀ ਮਿਰਚਾਂ ਲੱਗੀਆਂ ਤੇ ਉਹਨਾਂ ਨੇ ਆ ਕੇ ਉੱਥੇ ਗਾਲੀ ਗਲੋਚ ਕੀਤਾ ਸਾਨੂੰ। ਅਸੀਂ ਸਿੰਘਾਂ ਬੀਬੀਆਂ ਸਾਰਿਆਂ ਨੂੰ ਕਿਹਾ ਹੋਇਆ ਸੀਗਾ ਵੀ ਅਸੀਂ ਮੂਹਰਿਓਂ ਬਿਲਕੁਲ ਵੀ ਕੋਈ ਭੱਦੀ ਸ਼ਬਦਾਵਲੀ ਨਹੀਂ ਬੋਲਣੀ, ਅਸੀਂ ਸੰਗਤ ਦਾ ਸਤਿਕਾਰ ਸੰਗਤ ਵਜੋਂ ਕਰਨਾ ਹੈ ਪਰ ਸੰਗਤ ਨੂੰ ਦੱਸਣਾ ਜ਼ਰੂਰ ਆ ਵੀ ਅਸੀਂ ਇੱਥੇ ਕਿਉਂ ਆਏ ਹਾਂ। ਸੋ ਉੱਥੇ ਸਾਡੇ ਕੋਲ ਸਪੀਕਰ ਸੀ ਵੱਡਾ ਤੇ ਸਪੀਕਰ ਦੇ ਉੱਤੇ ਇਹ ਆਡੀਓ ਲਾਇਆ ਹੋਇਆ ਸੀ ਵੀ ਅਸੀਂ ਇੱਥੇ ਕਾਹਤੇ ਆਏ ਹਾਂ ਤੇ ਢੱਡਰੀਆਂ ਵਾਲਾ ਦਾ ਅਸੀਂ ਕਾਹਤੇ ਵਿਰੋਧ ਕਰਦੇ ਹਾਂ। ਇੱਕ ਸਮਾਂ ਇਹੋ ਜਿਹਾ ਆ ਗਿਆ ਸੀ ਵੀ ਮੈਨੂੰ ਇਹ ਲੱਗਦਾ ਵੀ ਜਿੰਨੇ ਬੰਦੇ ਸਾਡੇ ਬਾਹਰ ਖੜੇ ਸੀ ਉਦੋਂ ਵੱਧ ਗਿਣਤੀ ਦੇ ਵਿੱਚ ਇਹਨਾਂ ਦੇ ਗੁਰਦੁਆਰੇ ਦੇ ਅੰਦਰੋਂ ਬੰਦੇ ਆ ਕੇ ਸਾਡੀ ਗੱਲ ਸੁਣਨ ਨੂੰ ਖੜੇ ਹੋ ਗਏ ਸੀ ਤੇ ਜ਼ਰੂਰ ਉਹਨਾਂ ਦੇ ਮਨਾਂ ਦੇ ਵਿੱਚ ਇਹ ਗੱਲ ਪੈਦਾ ਸ਼ੰਕਾ ਪੈਦਾ ਹੋਇਆ ਹੋਊਗਾ ਵੀ ਹਾਂ ਅਸੀਂ ਇੱਥੇ ਆਏ ਕੀ ਕਰਨ ਨਾ, ਭਲਾ ਇਹੋ ਜਿਹੇ ਬੰਦੇ ਨੂੰ ਸੁਣਨ ਕਿਉਂ ਆਏ ਹਾਂ ਅਸੀਂ ਭਲਾ। ਸੋ ਇਸ ਤਰ੍ਹਾਂ ਦਾ ਕੰਮ ਹੋਇਆ ਸੀ। ਨਾਲੇ ਅਗਲੀ ਗੱਲ ਤੁਸੀਂ ਕੀਤੀ ਸੀ, ਠੰਡ ਸੀ ਬਹੁਤ। ਦੇਖੋ ਭਾਈ ਸਾਹਿਬ ਜੀ, ਹੁਣ ਇਹ ਠੰਡ ਤਾਂ ਸਰੀਰਾਂ ਨੂੰ ਲੱਗਦੀ ਹੁੰਦੀ ਹੈ, ਅਸੀਂ ਤਾਂ ਆਪਣੇ ਬਜ਼ੁਰਗਾਂ ਤੋਂ ਪ੍ਰੇਰਨਾ ਲੈ ਕੇ ਉੱਥੇ ਗਏ ਸੀ। ਹੁਣ ਸਾਹਿਬਜ਼ਾਦਿਆਂ ਨੂੰ ਠੰਡੇ ਬੁਰਜ ਦੇ ਵਿੱਚ ਰੱਖਿਆ ਗਿਆ 3 ਦਿਨ ਉਹਨਾਂ ਦੀ ਸ਼ਹਾਦਤ ਤੋਂ ਪਹਿਲਾਂ। ਮਾਤਾ ਜੀ ਉਹਨਾਂ ਨੂੰ ਨਾਲ ਉੱਥੇ ਠੰਡੇ ਬੁਰਜ ਵਿੱਚ ਰੱਖਿਆ ਗਿਆ, ਉਹਨਾਂ ਨੂੰ ਕਿਸੇ ਨੇ ਪੁੱਛਿਆ ਸੀ ਤੁਹਾਨੂੰ ਰਜਾਈ ਦਈਏ ਲਿਆ ਕੇ। ਸਾਨੂੰ ਕਿੱਦਾਂ ਮਤਲਬ ਇਹ ਮਨ ਵਿੱਚ ਖਿਆਲ ਆਵੇ ਕਿ ਸਾਡੇ ਗੁਰੂ ਦਾ ਨਿੰਦਕ ਕੋਈ ਸਾਡੇ ਸ਼ਹਿਰ ਵਿੱਚ ਆਇਆ ਹੋਵੇ ਤੇ ਅਸੀਂ ਠੰਡ ਤੇ ਗਰਮੀ ਦਾ ਵਿਚਾਰ ਕਰੀਏ ਭਲਾ। ਠੀਕ, ਗੁਰਤੇਜ ਸਿੰਘ ਜੀ, ਜਿੱਦਾਂ ਤੁਸੀਂ ਗੱਲ ਕੀਤੀ ਆ ਬਈ ਜਿਹੜੀਆਂ ਇਹ ਗੱਲਾਂ ਤੁਸੀਂ ਬਹੁਤ ਤਰੀਕੇ ਨਾਲ ਦੱਸਿਆ, ਨਰਕਧਾਰੀਆਂ ਨਾਲ ਗੱਲ ਨੂੰ ਮਤਲਬ ਜੋ ਇਹਦਾ ਕਿਰਦਾਰ ਆ ਉਹਨੂੰ ਵੀ ਸਾਹਮਣੇ ਰੱਖਿਆ, ਫਿਰ ਜਿਹੜੇ ਪ੍ਰਬੰਧਕ ਆ ਗੁਰਦੁਆਰੇ ਦੇ ਜਾਂ ਜਿਹੜੇ ਇਹਨੂੰ ਸੁਣਨ ਜਾਂਦੇ ਆ ਉਹਨਾਂ ਨੂੰ ਸਮਝ ਨੀ ਲੱਗਦੀ ਜਾਂ ਅਸੀਂ ਉਹਨਾਂ ਨੂੰ ਦੱਸਣ ਦੇ ਵਿੱਚ ਅਸਮਰੱਥ ਹੈ? ਦੇਖੋ ਜੀ, ਸਾਰਿਆਂ ਨੇ ਆਪੋ ਆਪਣਾ ਇੱਕ ਕੰਫਰਟ ਜ਼ੋਨ ਬਣਾਇਆ ਹੋਇਆ, ਅਸੀਂ ਆਪਣੀ ਉਸ ਆਰਾਮ ਵਾਲੀ ਜ਼ਿੰਦਗੀ ਤੋਂ ਬਾਹਰ ਨਿਕਲਣਾ ਨਹੀਂ ਚਾਹੁੰਦੇ। ਇਹ ਹੁਣ ਕਲਯੁੱਗ ਦੀ ਨਿਸ਼ਾਨੀ ਕਹਿ ਲਓ ਜਾਂ ਅਸੀਂ ਜਿਹੜੇ ਨਾਮ ਤਰੀਕ ਸਿੱਖ ਹਾਂ ਇਹ ਸਾਡੇ ਲੱਛਣ ਕਹਿ ਲਓ। ਸਾਡੇ ਮਨਾਂ ਦੇ ਵਿੱਚ ਬਹੁਤਿਆਂ ਦੇ ਵਿੱਚ ਗੁਰੂ ਪ੍ਰਤੀ ਭਾਵਨਾ ਓਨੀ ਕੁ ਸੀਮਤ ਹੈ ਜਿੰਨੀ ਕੁ ਸਾਨੂੰ ਗੁਰੂ ਤੋਂ ਅਸੀਂ ਇਹ ਅਰਦਾਸ ਕਰੀਏ ਕਿ ਸਾਡਾ ਘਰ ਭਰ ਜਾਵੇ, ਸਾਡੇ ਬੱਚੇ ਪੜ੍ਹ ਜਾਣ, ਸਾਡੇ ਘਰਾਂ ਦੇ ਵਿੱਚ ਸੁੱਖ ਹੋਵੇ, ਸਾਡੀ ਬਿਮਾਰੀਆਂ ਦੂਰ ਹੋ ਜਾਣ। ਅਸੀਂ ਗੁਰੂ ਨੂੰ ਸਿਰਫ ਇੰਨੇ ਵਾਸਤੇ ਵਰਤਣਾ ਚਾਹੁੰਦੇ, ਅਸੀਂ ਇਹ ਨਹੀਂ ਸਮਝਦੇ, ਅਸੀਂ ਇਹ ਗੱਲ ਯਾਦ ਨਹੀਂ ਰੱਖਦੇ ਕਿ ਗੁਰੂ ਸਾਹਿਬ ਨੇ ਸਾਡੇ ਵਾਸਤੇ ਸਿੱਖੀ ਵਾਸਤੇ ਕਿੰਨੀਆਂ ਕੁਰਬਾਨੀਆਂ ਦਿੱਤੀਆਂ ਨੇ। ਤੇ ਜੇ ਅਸੀਂ ਇਸ ਫਰਜ਼ ਨੂੰ ਨਾ ਨਿਭਾਇਆ ਕਿ ਅਸੀਂ ਸਿੱਖੀ ਦੇ ਜੋ ਮੁੱਢਲੇ ਅਸੂਲ ਨੇ ਉਹਨਾਂ ਨੂੰ ਬਰਕਰਾਰ ਰੱਖਣ ਵਾਸਤੇ ਅਸੀਂ ਨਾ ਆਪਣੀ ਜ਼ਿੰਮੇਵਾਰੀ ਨਿਭਾਈ, ਇਹ ਪ੍ਰਬੰਧਕਾਂ ਦੀ ਗੱਲ ਕਰਦਾ ਮੈਂ, ਤੇ ਉਹਨਾਂ ਨੂੰ ਇਸ ਗੱਲ ਦੀ ਕੋਈ ਚਿੰਤਾ ਨਹੀਂ ਕਿ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਿੱਖੀ ਬਾਰੇ ਕੁਛ ਵੀ ਨਹੀਂ ਪਤਾ ਹੋਣਾ। ਸੋ ਇਹਨਾਂ ਦੀ ਨਲਾਇਕੀ ਕਹਿ ਲਵੋ ਜਾਂ ਇਹਨਾਂ ਦਾ ਲਾਲਚ ਕਹਿ ਲਵੋ, ਮੈਨੂੰ ਤਾਂ ਇੱਥੋਂ ਤੱਕ ਵੀ ਲੱਗਦਾ ਕਿ ਬਹੁਤਾਂਤ ਕਰਕੇ ਗੁਰਦੁਆਰਿਆਂ ਦੇ ਵਿੱਚ ਭਾਵੇਂ ਆਮ ਪ੍ਰਬੰਧਕਾਂ ਨੂੰ ਇਸ ਗੱਲ ਦਾ ਪਤਾ ਹੋਵੇ ਭਾਵੇਂ ਨਾ ਹੋਵੇ,
ਬਹੁਤਾਤ ਕਰਕੇ ਗੁਰਦੁਆਰਿਆਂ ਦੇ ਵਿੱਚ ਹਿੰਦੁਸਤਾਨ ਦੀਆਂ ਏਜੰਸੀਆਂ ਜਿਵੇਂ ਇੰਟੈਲੀਜੈਂਸ ਬਿਊਰੋ ਹੋਇਆ ਭਾਵੇਂ ਰੋ ਹੋਇਆ, ਉਹਨਾਂ ਦੇ ਏਜੰਟ ਇਹਨਾਂ ਦੀਆਂ ਕਮੇਟੀਆਂ ਦੇ ਵਿੱਚ ਹਾਜ਼ਰ ਨੇ ਤੇ ਉਹਨਾਂ ਤੇ ਪ੍ਰਭਾਵ ਪਾ ਰਹੇ ਨੇ। ਗੁਰਦੇਵ ਸਿੰਘ ਜੀ, ਜਿੱਦਾਂ ਹੁਣ ਮੈਨੂੰ ਪੂਰਾ ਨੀ ਪਤਾ, ਸ਼ਾਇਦ ਆਜ਼ਾਦੀ ਘੁਲਾਟੀਆਂ ਦਾ ਵੀ ਗੁਰਦੁਆਰਾ ਇਸ ਸ਼ਹਿਰ ਦੇ ਵਿੱਚ ਹੀ ਹੈ? ਨਹੀਂ, ਉਹ ਇਸ ਸ਼ਹਿਰ ਚ ਨੀਗਾ ਜੀ, ਉਹ ਸਟੋਕਟਨ ਆਪਣੇ ਹੈਗਾ, ਗਦਰੀ ਬਾਬਿਆਂ ਦਾ ਸਥਾਨ ਹੈ, ਉਹ ਸਟੋਕਟਨ ਨਗਰ ਵਿੱਚ ਹੈ। ਇੱਥੋਂ ਮੇਰਾ ਖਿਆਲ ਆ ਵੀ ਉਹ ਕੋਈ 40 ਮੀਲ ਦੀ ਦੂਰੀ ਤੇ ਹੈ। ਮਾਪਿਆਂ ਨੂੰ ਜਾਂ ਜਿਹਨਾਂ ਨੇ ਮਤਲਬ ਆਪਣੇ ਜਿਹੜਾ ਸਿਧਾਂਤ ਆ ਜਾਂ ਸਾਹਿਬਜ਼ਾਦਿਆਂ ਦੀ ਗੱਲ ਕਰਦੇ ਹਾਂ ਜਾਂ ਆਪਣੇ ਸਿੱਖੀ ਪਰੰਪਰਾ ਦੀ ਗੱਲ ਕਰਦੇ ਹਾਂ, ਤੁਸੀਂ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਦੀ ਵੀ ਗੱਲ ਕੀਤੀ ਹੈ, 1978 ਦੀ ਵੀ ਗੱਲ ਕੀਤੀ ਆ, ਹੁਣ ਸ੍ਰੀ ਅਕਾਲ ਤਖਤ ਸਾਹਿਬ ਤੋਂ ਮਤਲਬ ਸੰਗਤਾਂ ਨੇ ਉੱਥੇ ਵੀ ਮਤਲਬ ਜਿਹੜਾ ਸਾਡਾ ਆਪਾਂ ਇਹ ਕਹਿੰਦੇ ਸਾਡੀ ਉੱਚ ਅਦਾਲਤ ਆ ਧਾਰਮਿਕ ਸਾਡਾ ਕੋਈ ਮਸਲਾ ਆਉਂਦਾ ਉੱਥੇ ਹੱਲ ਹੁੰਦਾ ਆ, ਤੇ ਇਹ ਉੱਥੇ ਜਾਣ ਨੂੰ ਵੀ ਤਿਆਰ ਨਹੀਂ, ਉਹ ਕਮੇਟੀ ਦੇ ਅੱਗੇ ਹਾਲਾਂਕਿ ਤਲਬ ਨਹੀਂ ਕੀਤਾ ਸਿਰਫ ਵਿਚਾਰ ਕਰਨ ਲਈ ਸੱਦਿਆ ਆ, ਉਹ ਜਾਣ ਨੂੰ ਵੀ ਤਿਆਰ ਨਹੀਂ, ਤੇ ਫਿਰ ਮਤਲਬ ਸੰਗਤਾਂ ਨੂੰ ਕਿਉਂ ਨਹੀਂ ਸਮਝ ਲੱਗਦੀ ਵੀ ਜਿਹੜਾ ਵਿਅਕਤੀ ਗੱਲ ਸੁਣਨ ਨੂੰ ਤਿਆਰ ਨਹੀਂ, ਬੈਠ ਕੇ ਚਾਰ ਬੰਦਿਆਂ ਚ ਗੱਲ ਕਰਨ ਨੂੰ ਤਿਆਰ ਨਹੀਂ, ਤੇ ਉਹਦੀਆਂ ਗੱਲਾਂ ਅਸੀਂ ਕਿਉਂ ਸੁਣਦੇ? ਦੇਖੋ ਨਾ, ਇਹੀ ਤਾਂ ਗੱਲ ਹੈ, ਹੁਣ ਸੰਗਤ ਨੂੰ ਇਹ ਗੱਲ ਮਤਲਬ ਕਿਵੇਂ ਸਮਝਾਈ ਜਾਵੇ ਕਿ ਇਹ ਬੰਦਾ ਆਪਣੇ ਆਪ ਨੂੰ ਇਹ ਦੱਸਦਾ ਕਿ ਮੈਂ ਬੜਾ ਦਲੇਰ ਹਾਂ, ਮੈਂ ਆਖੇ ਜੀ ਅੱਖਾਂ ਚੱਖਾਂ ਪਾ ਕੇ ਗੱਲਾਂ ਕਰਨ ਲਾ ਦੂੰਗਾ, ਬਈ ਤੇਰੇ ਤੈਨੂੰ ਤਾਂ ਅਗਲੇ ਸੱਦਦੇ ਆ ਵੀ ਤੂੰ ਅੱਖਾਂ ਚੱਖਾਂ ਪਾ ਕੇ ਗੱਲ ਕਰ ਭਲਾ ਆ ਕੇ। ਸੋ ਇਹ ਮੈਨੂੰ ਇਹ ਲੱਗਦਾ ਵੀ ਇੱਕ ਤਾਂ ਪਹਿਲੀ ਗੱਲ ਕੋਈ ਇਹ ਦਲੇਰ ਦਲੂਰ ਨੀਗਾ, ਇਹ ਸਿਰੇ ਦਾ ਡਰਪੋਕ ਬੰਦਾ, ਜਿੱਦਾਂ ਇਹਨੂੰ ਚਾਬੀ ਭਰੀ ਜਾਂਦੀ ਆ ਉਦਾਂ ਇਹ ਬੋਲਦਾ। ਸੋ ਸੰਗਤਾਂ ਲਈ ਇਸ ਗੱਲ ਨੂੰ ਮੈਨੂੰ ਲੱਗਦਾ ਵੀ ਜਿੰਨੀ ਦੇਰ ਤੱਕ ਆਪਾਂ ਸਾਰੇ ਜਾਣੇ, ਜਿਵੇਂ ਇੰਗਲੈਂਡ ਦੇ ਵਿੱਚ ਸਮੂਹ ਜਥੇਬੰਦੀਆਂ ਸਾਰਿਆਂ ਗੁਰਦੁਆਰੇ ਦੇ ਪ੍ਰਬੰਧਕਾਂ ਨੇ ਰਲ ਕੇ ਫੈਸਲਾ ਲਿਆ। ਹੁਣ ਦੇਖੋ ਕਿੰਨੀ ਬੇਹੁਦਾ ਗੱਲ ਸੀ, ਉਹ ਹੈਰੀ ਆ ਜਿਹੜਾ ਇੱਥੋਂ ਦਾ ਇਹਦਾ ਚੇਲਾ, ਜਿਹੜਾ ਕੀ ਨਾਂ ਉਹਦਾ, ਹਰਿੰਦਰ ਸਿੰਘ, ਕੀ ਨਾਂ, ਹਰਿੰਦਰ ਸਿੰਘ ਹੈਰੀ, ਉਹਨੇ ਆਪਦਾ ਜਥਾ ਬਣਾਇਆ। ਹੁਣ ਕੋਈ ਬੰਦਾ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਅਕਾਲ ਚਲਾਣੇ ਵਾਲੀ ਸਾਖੀ ਨੂੰ ਤਰੋੜ ਮਰੋੜ ਕੇ ਪੇਸ਼ ਕਰੇ, ਸਿੱਖਾਂ ਦੇ ਮਨਾਂ ਵਿੱਚ ਸ਼ੰਕਾ ਪੈਦਾ ਕਰੇ, ਤੇ ਉਹਨੂੰ ਜ਼ਿੰਮੇਵਾਰੀ ਤਾਂ ਸਿੱਖਾਂ ਦੀ ਹੀ ਬਣਦੀ ਹੈ ਨਾ, ਬਈ ਆਪਾਂ ਉਹਦੇ ਉਸ ਗੱਲ ਨੱਪ ਪਾਈਏ, ਜਿੱਦਾਂ ਇੰਗਲੈਂਡ ਦੇ ਜ਼ਿੰਮੇਵਾਰ ਸਿੱਖਾਂ ਨੇ, ਸਿੰਘਾਂ ਨੇ ਰਲ ਕੇ ਫੈਸਲਾ ਲਿਆ। ਸੋ ਅਸੀਂ ਕੋਸ਼ਿਸ਼ ਕਰਾਂਗੇ ਹੁਣ ਇੱਥੇ ਵੀ ਸਾਰਿਆਂ ਨੂੰ ਇਕੱਠਾ ਕਰਕੇ, ਪਰ ਮੈਨੂੰ ਲੱਗਦਾ ਹੈ ਬਈ ਸਾਨੂੰ ਸਫਲਤਾ ਉਨੀ ਕੀ ਮਿਲਣੀ ਹੈ ਜਿੰਨੀ ਗੁਰੂ ਨੇ ਇਹਨਾਂ ਦੇ ਮਨਾਂ ਵਿੱਚ ਮਿਹਰ ਪਾਉਣੀ ਹੈ। ਸਾਡਾ ਜਿੰਨਾ ਫਰਜ਼ ਬਣਦਾ ਸੀ ਉਹ ਨਿਭਾਵਾਂਗੇ, ਭਾਵੇਂ ਅਸੀਂ ਇਕੱਲੇ ਰਹਿ ਜਾਈਏ, ਜਿਵੇਂ ਪੁਰਾਣੇ ਸਿੱਖ ਕਹਿੰਦੇ ਹੁੰਦੇ ਸੀ, ਸਾਡਾ ਰੁੱਸੇ ਨਾ ਕਲਗੀਆਂ ਵਾਲਾ, ਜੱਗ ਭਾਵੇਂ ਸਾਰਾ ਰੁੱਸ ਜੇ। ਠੀਕ ਹੈ, ਤੇ ਜਿੱਦਾਂ ਹੁਣ ਇਹ ਇੱਕ ਦਿਨ ਦਾ ਪ੍ਰੋਗਰਾਮ ਹੋ ਗਿਆ, ਜਿੱਦਾਂ ਅੱਜ ਵੀ ਆ, ਤਾਂ ਕਿੰਨਾ ਇਹਦਾ ਮਤਲਬ ਜਿਹੜਾ ਇੱਥੋਂ ਦਾ ਟੂਰ ਆ, ਕਿੱਦਾਂ ਤੁਸੀਂ ਮਤਲਬ ਜਿਹੜਾ ਵਿਅਕਤੀ ਕੋਈ ਵੀ ਹੋਵੇ ਜੇ ਉਹ ਸਰਕਾਰੀ ਤੌਰ ਤੇ ਮਤਲਬ ਜਾਂ ਦੇਸ਼ ਦੇ ਵਿੱਚ ਉੱਥੇ ਦੀ ਜਿਹੜੀ ਆ ਸੁਰੱਖਿਆ ਨੂੰ ਮੁੱਖ ਰੱਖ ਕੇ ਜਾਂ ਇਹ ਲੈ ਲਓ ਲੋਕਾਂ ਦੇ ਵਿੱਚ ਫਸਾਦ ਕਰਾਉਣ ਦਾ ਕਾਰਨ ਬਣਦਾ ਆ, ਇਹੋ ਜਿਹੀ ਸ਼ਿਕਾਇਤ ਕਾਨੂੰਨੀ ਤੌਰ ਤੇ ਨੀ ਕੁਛ ਰੋਕ ਲਾ ਸਕਦੇ ਤੁਸੀਂ ਇੱਥੇ ਵੀ ਇਹਨੂੰ ਆਉਣਾ ਹੀ ਨੀ, ਮੈਂ ਸਰਕਾਰ ਆਉਣ ਹੀ ਨਾ ਦੇਵੇ? ਹਾਂਜੀ, ਦੇਖੋ ਇਹ ਜਦੋਂ ਅਸੀਂ ਅਮਰੀਕਾ ਵਰਗੀ ਜਮਹੂਰੀਅਤ ਵਿੱਚ ਰਹਿੰਦੇ ਹਾਂ ਨਾ, ਤਾਂ ਇੱਥੋਂ ਦੇ ਨਫੇ ਵੀ ਹੈ ਤੇ ਇੱਥੋਂ ਦੇ ਨੁਕਸਾਨ ਵੀ ਹੈ। ਹੁਣ ਜਿਹੜੀ ਫਸਟ ਅਮੈਂਡਮੈਂਟ ਹੈ ਉਹ ਸਾਨੂੰ ਆਪਣੀ ਗੱਲ ਕਰਨ ਦਾ ਪੂਰਾ ਹੱਕ ਦੇ ਦਿੰਦੀ ਹੈ, ਸੋ ਉਹਦਾ ਫਾਇਦਾ ਨਜਾਇਜ਼ ਜਿਹੜਾ ਹੈ ਉਹ ਇਹੋ ਜਿਹੇ ਪ੍ਰਚਾਰਕ ਉਠਾਉਂਦੇ ਨੇ, ਸੋ ਉਹਦਾ ਲਾਭ ਸਾਨੂੰ ਵੀ ਹੈ ਕਿ ਸਾਨੂੰ ਵੀ ਕੋਈ ਰੋਕ ਨਹੀਂ ਸਕਦਾ ਵੀ ਜੇ ਅਸੀਂ ਆਪਣੀ ਆਵਾਜ਼ ਇਹਦੇ ਵਿਰੁੱਧ ਅਸੀਂ ਬੁਲੰਦ ਕਰਨੀ ਚਾਹੁੰਦੇ ਹਾਂ ਤਾਂ। ਸੋ ਉਹ ਤਾਂ ਹੋ ਗਈ ਗੱਲ ਸਰਕਾਰਾਂ ਦੀ, ਪਰ ਗੱਲ ਇਹ ਹੈ ਕਿ ਹੁਣ ਕੱਲ੍ਹ ਦੇਖੋ ਸ਼ੁੱਕਰਵਾਰ ਸੀ, ਸ਼ੁੱਕਰਵਾਰ ਹੁੰਦਾ ਕੰਮ ਵਾਲਾ ਦਿਨ ਤੇ ਆਮ ਵੀ ਮਤਲਬ ਕਾਫੀ ਜ਼ਿਆਦਾ ਰਸ਼ ਹੁੰਦਾ ਉਸ ਟਾਈਮ ਤੇ ਜਦੋਂ ਅਸੀਂ ਇੱਥੇ ਇਸ ਗੁਰਦੁਆਰੇ ਵਿੱਚ ਗਏ ਹਾਂ, ਤੇ ਵੈਸੇ ਵੀ ਸ਼ਹੀਦਾਂ ਦੇ ਮਤਲਬ ਉਦਣ ਯਾਦ ਵਿੱਚ ਗੁਰਦੁਆਰਿਆਂ ਵਿੱਚ ਦੀਵਾਨ ਲੱਗੇ ਸੀ ਤੇ ਕਈ ਸਿੱਖਾਂ ਨੇ ਇਹ ਫੈਸਲਾ ਕੀਤਾ ਹੋਣਾ ਵੀ ਅਸੀਂ ਅੱਜ ਉੱਥੇ ਨਹੀਂ ਜਾਣਾ, ਵੀ ਅੱਜ ਸ਼ਹੀਦੀ ਦਿਹਾੜਾ ਸਾਹਿਬਜ਼ਾਦਿਆਂ ਦਾ, ਮਾਤਾ ਜੀ ਦਾ,
ਸੋ ਹਾਂਜੀ ਹਾਂਜੀ ਸਾਡੀ ਤਾਂ ਮਤਲਬ ਇਹ ਹੁਣ ਬੇਨਤੀ ਹੈ, ਅਪੀਲ ਹੈ ਸਾਰੇ ਸੈਕਰਾਮੈਂਟੋ ਤੇ ਲਾਗੇ ਲਾਗੇ ਸ਼ਹਿਰਾਂ ਦੇ ਜਿੰਨੇ ਵੀ ਜ਼ਿੰਮੇਵਾਰ ਸਿੱਖ ਹੈ, ਬਈ ਆਪਾਂ ਹਾਂਜੀ ਸ਼ਾਂਤਮਈ ਹੋ ਕੇ ਰਹਿ ਕੇ, ਤੇ ਅੱਜ ਛੁੱਟੀ ਦਾ ਦੇਣਾ ਹੈ, ਅੱਜ ਵੀ ਉਹਨੇ ਸ਼ਾਮ ਨੂੰ ਉੱਥੇ ਆਉਣਾ ਹੈ, ਬਈ ਆਪਾਂ ਸਾਰੇ ਇਕੱਠੇ ਹੋਈਏ, ਆਪਾਂ ਕਿਸੇ ਨੂੰ ਗਾਲ ਨਹੀਂ ਕੱਢਣੀ, ਆਪਾਂ ਕਿਸੇ ਦੇ ਵੱਟਾਂ ਨਹੀਂ ਮਾਰਨਾ, ਆਪਾਂ ਕਿਸੇ ਦੇ ਕੋਈ ਡੰਗ ਸੋਟਾ ਨਹੀਂ ਮਾਰਨਾ। ਜੇ ਇਹਨਾਂ ਨੇ ਠੀਕ ਵੀ ਹੈ ਜੇ ਸਾਨੂੰ ਗਾਲ ਕੱਢੀ ਤੇ ਅਸੀਂ ਉਹ ਵੀ ਸਿਰ ਮੱਥੇ ਲੈ ਲੈਣੀ ਹੈ, ਪਰ ਸਾਡਾ ਕੇਵਲ ਤੇ ਕੇਵਲ ਨੈਤਿਕ ਜੋ ਸਾਡਾ ਫਰਜ਼ ਬਣਦਾ ਉਹ ਇਹ ਹੈ ਕਿ ਗੁਰੂ ਪ੍ਰਤੀ ਅਸੀਂ ਕਿੰਨੇ ਕੁ ਸੱਚੇ ਤੇ ਸੁੱਚੇ ਹਾਂ, ਇਹ ਗੱਲ ਕਹਿ ਦੇਣੀ ਕਿ ਮੂਹਰੇ ਵੀ ਸਿੱਖ ਨੇ ਤੇ ਤੁਸੀਂ ਵੀ ਸਿੱਖ ਹੋ, ਸਿੱਖ ਸਿੱਖ ਨੂੰ ਨਾ ਮਾਰੇ ਤੇ ਇਹਨੂੰ ਕੋਈ ਨਾ ਮਾਰੇ, ਇਹੀ ਜਿਹੀਆਂ ਗੱਲਾਂ ਕੋਈ ਦਲੀਲਾਂ ਦਿੰਦਾ, ਮੈਂ ਸਮਝਦਾ ਵੀ ਬਿਲਕੁਲ ਮੂਰਖਤਾ ਵਾਲੀਆਂ ਦਲੀਲਾਂ ਨੇ। ਇਹਨਾਂ ਬੰਦਿਆਂ ਨੂੰ ਇਸ ਗੱਲ ਦਾ ਬਿਲਕੁਲ ਵੀ ਨਹੀਂ ਪਤਾ ਕਿ ਵੀ ਜਿਹੜੇ ਮੂਹਰੇ ਸਿੱਖ ਨੇ ਉਹਨਾਂ ਨੂੰ ਕਿੰਨਾ ਕੁ ਸਿੱਖੀ ਬਾਰੇ ਗਿਆਨ ਹੈ। ਅਸੀਂ ਕਿਸੇ ਕੋਈ ਆਪਣੇ ਭਰਾ ਨੂੰ ਤਾਂ ਮਾਰਨ ਨਹੀਂ ਨਾ ਜਾ ਰਹੇ, ਨਾ ਹੀ ਅਸੀਂ ਕਿਸੇ ਨੂੰ ਗਾਲ ਕੱਢਦੇ ਹਾਂ, ਅਸੀਂ ਤਾਂ ਇਹ ਦੱਸਣਾ ਚਾਹੁੰਦੇ ਹਾਂ ਕਿ ਜਿਹੜਾ ਬੰਦਾ ਤੁਸੀਂ ਇੱਥੇ ਸੱਦਿਆ ਹੈ ਉਹ ਤੁਹਾਡੇ ਵਿੱਚ ਫੁੱਟ ਪਵਾ ਰਿਹਾ, ਤੁਸੀਂ ਠੀਕ ਹੈ ਫੁੱਟ ਪਵਾਓ ਅਨਸਰ ਦੇ ਮਗਰ ਲੱਗ ਕੇ, ਤੇ ਤੁਸੀਂ ਮਤਲਬ ਦੱਸੋ ਆਪਣੇ ਤਾਂ ਤੁਸੀਂ ਪੈਰਾਂ ਤੇ ਘੋੜਾ ਆਪ ਮਾਰ ਰਹੇ ਹੋ। ਸੋ ਅਸੀਂ ਤਾਂ ਉਸ ਗੱਲ ਤੋਂ ਸੁਚੇਤ ਕਰਨ ਲਈ ਉੱਥੇ ਜਾਣਾ ਹੈ, ਨਾ ਕਿ ਅਸੀਂ ਕਿਸੇ ਨੂੰ ਕੋਈ ਗਾਲੀ ਗਲੋਚ ਕਰਨੀ ਹੈ, ਕਿਸੇ ਨੂੰ ਕੋਈ ਅਸੀਂ ਠੱਟ ਫੇਟ ਮਾਰਨੀ। ਜੀ ਕਾਫੀ ਤੁਸੀਂ ਪਹਿਲਾਂ ਗੱਲ ਕੀਤੀ, ਜੇ ਬੰਦਾ ਅਕਾਲ ਤਖ਼ਤ ਹਾਂਜੀ ਸਾਹਿਬ ਵੱਲੋਂ ਨੀਯਤ ਕੀਤੇ ਪੰਜ ਵਿਦਵਾਨਾਂ ਦੇ ਸਾਹਮਣੇ ਜਾ ਕੇ ਬਹਿ ਜਾਵੇ ਤੇ ਸਾਨੂੰ ਉੱਥੇ ਜਾਣ ਦੀ ਕੀ ਲੋੜ ਪਈ ਹੈ? ਜਿਵੇਂ ਇਹ ਤਾਂ ਹੁਣ ਇਹਦਾ ਕਸੂਰ ਹੈ ਨਾ, ਵੀ ਜੇ ਹੁਣ ਇਹ ਜਾ ਕੇ ਉਹਨਾਂ ਵਿਦਵਾਨਾਂ ਦੇ ਸਾਹਮਣੇ ਨਹੀਂ ਬੈਠਦਾ, ਹੰਕਾਰ ਦਾ ਭਰਿਆ, ਭਾਵੇਂ ਇਹਨੂੰ ਕੋਈ ਹੋਰ ਵੀ ਕਾਰਨ ਹੋ ਸਕਦਾ ਵੀ ਏਜੰਸੀਆਂ ਨੂੰ ਜਾਣ ਨਹੀਂ ਦਿੰਦੀਆਂ ਜਾਂ ਕੋਈ ਹੋਰ ਕਾਰਨ ਇਹਦਾ ਨਾ ਜਾਣ ਦਾ, ਪਰ ਇਹ ਹੋਇਆ ਤਾਂ ਮਤਲਬ ਇਹਦੇ ਮਤਲਬ ਕਰਕੇ, ਇਹਦੇ ਇਸ ਫੈਸਲੇ ਕਰਕੇ ਕਿ ਵੀ ਮੈਂ ਕੋਈ ਵਿਚਾਰ ਨਹੀਂ ਕਰਨ, ਵੀ ਸਾਡੇ ਨਾਲ ਨਾ ਕਰ, ਤੂੰ ਠੀਕ ਹੈ ਸਾਡੇ ਨਾਲ ਨਾ ਕਰ, ਪਰ ਉਹਨਾਂ ਨਾਲ ਤਾਂ ਕਰਨਾ ਜਿਹੜੇ ਜ਼ਿੰਮੇਵਾਰ ਨੇ ਕੌਮੀ, ਜਦੋਂ ਆਪਣੇ ਨੂੰ ਸਿੱਖ ਸਮਝਦਾ ਹੈ, ਜੇ ਸਿੱਖ ਨਹੀਂ ਸਮਝਦਾ ਤੇ ਫਿਰ ਤੇਰੀ ਤਾਂ ਕਹਾਣੀ, ਤੇ ਸਾਡੀ ਫਿਰ ਵੱਖਰੇ ਵੱਖਰੇ ਰਾਹ ਹੋ ਗਏ ਸਾਡੇ। ਦੇਖੋ ਜੀ ਹੁਣ ਗੁਰਤੇਜ ਸਿੰਘ ਜੀ, ਗੱਲ ਗੁਰੂ ਮਹਾਰਾਜ ਦੇ ਜਿੱਦਾਂ ਤੁਸੀਂ ਜਿਹੜੇ ਜਿਹੜੇ ਕਾਰਨ ਦੱਸੇ ਆ, ਇੱਥੇ ਵੀ ਜਿਹੜੀ ਮੈਂ ਖੁਦ ਮੀਟਿੰਗ ਦੇ ਵਿੱਚ ਐਜ ਏ ਰਿਪੋਰਟਿੰਗ ਕਰਨ ਵੀ ਗਿਆ ਸੀਗਾ, ਤੇ ਉੱਥੇ ਸਾਰਿਆਂ ਨੇ ਮਤਲਬ ਇਸ ਗੱਲ ਨੂੰ ਬਹੁਤ ਬੁਰਾ ਮਨਾਇਆ ਵੀ ਜਿਹੜਾ ਵਿਅਕਤੀ ਜਾਂ ਜੇ ਤੋਂ ਇਹ ਸੇਧ ਲੈ ਰਿਹਾ ਉਹ ਗੁਰੂ ਨਾਨਕ ਦੇਵ ਜੀ ਜਾਂ ਗੁਰੂਆਂ ਤੇ ਹੀ ਹੁਣ ਹੋ ਗਿਆ। ਬਹੁਤ ਲੋਕਾਂ ਦਾ ਇਹ ਕਹਿਣਾ ਸੀ ਵੀ ਇਹ ਸੰਪਰਦਾਵਾਂ ਦੇ ਨਾਲ ਝਗੜਾ ਆ ਇਹਦਾ, ਤੇ ਕਿਉਂਕਿ ਜਦੋਂ ਹੁਣ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਸਾਰਾ ਕੁਛ ਕਰਦਾ, ਲੋਕਾਂ ਦਾ ਇਹ ਵੀ ਕਹਿਣਾ ਜੀ ਇਹ ਪ੍ਰਚਾਰ ਕਰਦੇ ਆ ਤੇ ਜਿਹੜੇ ਸੰਪਰਦਾਵਾਂ ਵਾਲੇ ਆ ਉਹ ਇਹਨੂੰ ਕਰਨ ਨਹੀਂ ਦਿੰਦੇ, ਇਹ ਝਗੜਾ ਆ। ਥੋੜਾ ਜਿਹਾ ਜਿੱਦਾਂ ਇਹ ਵੀ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ, ਤੁਸੀਂ ਵੀ ਇੱਕ ਵਿਦਵਾਨ ਆ, ਵੀ ਇਹ ਝਗੜਾ ਸੰਪਰਦਾਵਾਂ ਦਾ ਜਾਂ ਇਹਦਾ ਨਿੱਜੀ ਆ ਜਾ ਕੇ ਪੰਥ ਦਾ ਆ? ਦੇਖੋ ਜੀ ਗੱਲ ਇਹ ਹੈ ਵੀ ਇਹਨਾਂ ਨੇ ਜੇ ਆਪਾਂ ਇਹ ਆਖੀਏ ਨਾ ਵੀ ਸੰਪਰਦਾਵਾਂ ਦਾ ਇਹ ਝਗੜਾ ਹੈ, ਤੇ ਫਿਰ ਮੈਨੂੰ ਲੱਗਦਾ ਵੀ ਆਮ ਬੰਦਾ ਜਿਹੜੀ ਗੱਲ ਕਹਿੰਦਾ ਪਿਆ ਉਹਨੂੰ ਸਿੱਖੀ ਬਾਰੇ ਕੱਖ ਵੀ ਨਹੀਂ ਪਤਾ, ਉਹਨੂੰ ਸਿੱਖੀ ਬਾਰੇ ਕੱਖ ਨਹੀਂ ਪਤਾ। ਹੁਣ ਮਾਤਾ ਭਾਗ ਕੌਰ ਸੰਪਰਦਾਵਾਂ ਦੀ ਸੀ, ਮਾਤਾ ਭਾਗ ਕੌਰ ਕਿਹਦੀ ਸੀ ਭਲਾ? ਗੁਰੂ ਨਾਨਕ ਦੇਵ ਜੀ ਸੰਪਰਦਾਵਾਂ ਦੇ ਨੇ, ਗੁਰੂ ਗ੍ਰੰਥ ਸਾਹਿਬ ਜੀ ਕੇਵਲ ਸੰਪਰਦਾਵਾਂ ਦੇ ਨੇ, ਹੈ ਨਾ। ਇਹ ਕਹਿੰਦਾ ਹੈ ਵੀ ਮੈਂ ਪ੍ਰੈਕਟੀਕੈਲਿਟੀ ਕਰਦਾ, ਪ੍ਰੈਕਟੀਕੈਲਿਟੀ ਕਰਦਾ, ਪ੍ਰੈਕਟੀਕੈਲਿਟੀ ਕਾਹਦੀ ਹੁੰਦੀ ਹੈ ਵੀ ਤੂੰ ਇਹਨੇ ਮਹਿੰਗੇ ਮਹਿੰਗੇ ਕੱਪੜੇ ਪਾ ਕੇ ਤੂੰ ਉੱਥੇ ਚੜ ਜਾਂਦਾ ਸਟੇਜ ਤੇ ਮੰਗਵੇ ਲੈ ਕੇ ਲੋਕਾਂ ਤੋਂ ਪੈਸੇ ਤੋਂ ਬਟੋਰ ਕੇ, ਵੀ ਇਹ ਪ੍ਰੈਕਟੀਕੈਲਿਟੀ ਸਮਝਾਉਂਦਾ ਪਿਆ ਲੋਕਾਂ ਨੂੰ? ਆਪ ਤੂੰ 5 ਜਮਾਤਾਂ ਪੜ੍ਹੇ ਆ, ਪਤਾ ਨਹੀਂ 7 ਪੜ੍ਹੇ ਆ, ਤੇ ਤੂੰ ਜਾ ਕੇ ਸਟੇਜ ਤੇ ਜਾ ਕੇ ਤੂੰ ਵਿਖਿਆਨ ਕਰਦਾ ਗੁਰਬਾਣੀ ਦਾ, ਵੀ ਇਹ ਪ੍ਰੈਕਟੀਕੈਲਿਟੀ ਹੈ, ਲੋਕਾਂ ਨੂੰ ਕੀ ਦੱਸਦਾ ਫਿਰਦਾ ਤੂੰ? ਦੇਖੋ ਇਹ ਗੱਲ ਮਤਲਬ ਆਮ ਸਿੱਖਾਂ ਨੂੰ ਇਹ ਸਮਝ ਲੈਣੀ ਚਾਹੀਦੀ ਹੈ ਵੀ ਇਹ ਕਿਸੇ ਸੰਪਰਦਾ ਦੇ ਸਿਧਾਂਤ ਤੇ ਸੱਟ ਨਹੀਂ ਮਾਰਦਾ ਪਿਆ, ਇਹ ਸਿੱਖੀ ਦੇ ਸਿਧਾਂਤ ਤੇ ਸੱਟ ਮਾਰਦਾ ਪਿਆ। ਠੀਕ ਹੈ, ਜਿਹੜਾ ਬੰਦਾ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਵਿਗਾੜ ਰਿਹਾ ਉਹ ਕਿਹੜੀ ਸੰਪਰਦਾ ਨੂੰ ਸੱਟ ਮਾਰਦਾ ਭਲਾ? ਉਹ ਤਾਂ ਗੁਰੂ ਸਾਹਿਬ ਜੀ ਤੇ ਉਹਨਾਂ ਦੇ ਜੋ ਕੰਮ ਪ੍ਰਿਥੀ ਚੰਦ ਨੇ ਕੀਤਾ ਸੀ ਹੂਬ ਹੂ ਇਹ ਕੰਮ ਕਰ ਰਿਹਾ। ਠੀਕ ਹੈ, ਜੋ ਕੰਮ ਰਾਮ ਰਾਏ ਨੇ ਕੀਤਾ ਸੀ ਹੂਬ ਹੂ ਇਹ ਕੰਮ ਕਰ ਰਿਹਾ ਇਹ ਬੰਦਾ।
ਸੋ ਜੇ ਆਮ ਸਿੱਖ ਮਤਲਬ ਹੁਣ ਇਸ ਗੱਲ ਤੋਂ ਆਪਣਾ ਮਤਲਬ ਕਹਿ ਦੋ ਵੀ ਹੱਥ ਝਾੜਨੇ ਚਾਹੁੰਦੇ ਵੀ ਅਸੀਂ ਕੀ ਲੈਣਾ ਜੀ ਇਹ ਸੰਪਰਦਾ, ਬਿਲਕੁਲ ਉਹਨਾਂ ਦੀ ਮੈਂ ਸਮਝਦਾ ਵੀ ਨਾ ਸਮਝੀਏ, ਉਹਨਾਂ ਨੂੰ ਇਸ ਗੱਲ ਬਾਰੇ ਦੁਬਾਰਾ ਸੋਚਣਾ ਚਾਹੀਦਾ ਕਿ ਜੋ ਗੱਲਾਂ ਇਹ, ਹਾਂ ਇਹ ਵੱਖਰੀ ਕਹਾਣੀ ਹੈ ਕਿ ਇਹਦੇ ਮਨ ਦੇ ਵਿੱਚ ਸੰਪਰਦਾਵਾਂ ਪ੍ਰਤੀ ਕੋਈ ਨਫ਼ਰਤ ਕੋਈ ਈਰਖਾ ਹੋ ਸਕਦਾ ਹੋਵੇ, ਜਿਹੜਾ ਕਹਿੰਦਾ ਦੁਕਾਨਾਂ ਬੰਦ ਕਰਾਉਣੀਆਂ ਦੁਕਾਨਾਂ ਬੰਦ ਕਰਾਉਣੀਆਂ, ਉਹ ਆਪਣੇ ਈਰਖਾ ਵੱਸ ਹੋ ਕੇ ਇਹ ਗੱਲ ਜ਼ਰੂਰ ਕਹਿੰਦਾ ਹੋਊਗਾ ਤੇ ਇਹਦੇ ਚੇਲੇ ਫਿਰ ਇਸ ਗੱਲ ਨੂੰ ਮਤਲਬ ਉਹ ਚੱਕਦੇ ਪਏ ਆ, ਪਰ ਮੇਰੇ ਹਿਸਾਬ ਨਾਲ ਇਹਦਾ ਪੱਕਾ ਪੂਰਾ ਨਿਸ਼ਾਨਾ ਸਿੱਖੀ ਸਿਧਾਂਤਾਂ ਤੇ ਉਸੇ ਤਰ੍ਹਾਂ ਹੀ ਹੈ ਜਿੱਦਾਂ ਯਹੂਦੀਆਂ ਦੇ ਵਿੱਚੋਂ ਗਦਾਰਾਂ ਨੇ ਰਲ ਕੇ ਹਿਟਲਰ ਨਾਲ ਤੇ ਯਹੂਦੀਆਂ ਦੀ ਨਸਲਕੁਸ਼ੀ ਕਰਾਈ, ਇਹਦਾ ਤੇ ਜਿਹੜਾ ਇਹਦਾ ਪਿਓ ਹੈ ਨਿਊਜ਼ੀਲੈਂਡ ਚ ਬੈਠਾ ਹਰਨੇਕ ਨੇਕੀ, ਇਹਨਾਂ ਦਾ ਮੰਤਵ ਉਹੀ ਇੱਕੋ ਹੀ ਮੰਤਵ ਇਹਨਾਂ ਦਾ। ਗੁਰਤੇਜ ਸਿੰਘ ਜੀ, ਮੈਂ ਤੁਹਾਡੇ ਕੱਲ ਜਿਹੜਾ ਪ੍ਰੋਟੈਸਟ ਕੀਤਾ ਉਹਦੇ ਬੈਨਰ ਵੀ ਕੁਛ ਦੇਖੇ ਆ ਤੁਸੀਂ, ਅੱਜ ਤੱਕ ਗਦਾਰ ਲਾਮ ਜੀ ਪਾਤਿਆ ਤੇ ਫਿਰ ਢੱਡੀਆਂ ਵਾਲਾ ਚੋਰ ਆ, ਮਤਲਬ ਕਿਹੜੀ ਬਣਾ ਤੇ ਤੁਸੀਂ ਇਹ ਗੱਲ ਕਰ? ਦੇਖੋ ਜੀ, ਇਹ ਢੱਡੀਆਂ ਵਾਲੇ ਨੂੰ ਪ੍ਰਚਾਰ ਕਰਦੇ ਹੋਏ ਆਪ ਕਹਿੰਦਾ ਵੀ ਮੈਂ ਪਤਾ ਨੀ 20-25 ਸਾਲ ਹੋ ਗਏ ਇਹਨੂੰ ਪ੍ਰਚਾਰ ਕਰਦੇ ਨੂੰ, ਠੀਕ ਤੇ ਇਹਨੇ ਉੱਥੇ ਜਿਹੜਾ ਏਡਾ ਆਲੀਸ਼ਾਨ ਗੁਰਦੁਆਰਾ ਆਪਣਾ ਬਣਾਇਆ ਹੈ, ਪਰਮੇਸ਼ਰ ਦਵਾਲ ਜੀ ਦਾ ਨਾਂ ਰੱਖਿਆ ਇਹਨੇ, ਉਹ ਦੱਸਿਓ ਵੀ ਕਿਹੜੇ ਪ੍ਰਚਾਰ ਦੇ ਕਮਾਏ ਪੈਸਿਆਂ ਤੋਂ ਬਣਾਇਆ? ਭਲਾ ਸਿੱਖੀ ਦੇ ਪ੍ਰਚਾਰ ਚੋਂ ਪੈਸੇ ਕਮਾ ਕੇ ਬਣਾਇਆ ਹੈ ਨਾ, ਸੰਗਤ ਨੇ ਇਹਨੂੰ ਪੈਸੇ ਤਾਂ ਹੀ ਦਿੱਤੇ ਸੀ ਨਾ ਕਿ ਵੀ ਹਾਂ ਇਹ ਸਿੱਖੀ ਦਾ ਪ੍ਰਚਾਰਕ ਹੈ, ਜਦੋਂ ਇਹ ਸਹੀ ਪ੍ਰਚਾਰ ਕਰਦਾ ਸੀ ਉਦੋਂ ਹੀ ਇਹਨੇ ਪੈਸੇ ਬਟੋਰੇ ਸੀ ਨਾ ਉਹ ਵਾਲੇ, ਤਾਂ ਹੀ ਉਹ ਪਰਮੇਸ਼ਰ ਦੁਆਰ ਹੋਂਦ ਚ ਆਇਆ ਹੈ ਨਾ। ਠੀਕ, ਤੇ ਹੁਣ ਮੈਂ ਇਹਨੂੰ ਕੀ ਆਖਾਂ? ਆ ਤੁਸੀਂ ਆਪੇ ਗੱਲ ਸਮਝ ਗਏ ਹੋਵੋਗੇ ਵੀ ਜਿਹੜਾ ਬੰਦਾ ਉੱਥੋਂ ਉਦੋਂ ਇਹਨੇ ਠੱਗੀ ਸਾਡੇ ਨਾਲ ਮਾਰੀ, ਨੀਅਤ ਇਹਦੀ ਫਿੱਟੀ ਸੀ, ਇਹਨੇ ਪਰਮੇਸ਼ਰ ਦੁਆਰਾ ਆਪਣਾ ਕਾਇਮ ਕਰ ਲਿਆ, ਹੁਣ ਜਦੋਂ ਇਹਦਾ ਸਾਰਾ ਕੁਛ ਬਣ ਗਿਆ ਸਿੱਖਾਂ ਦੇ ਸਿਰੋਂ ਤੇ ਹੁਣ ਇਹ ਉਹਨਾਂ ਦੀ ਮਤਲਬ ਪਿੱਠ 'ਚ ਛੁਰਾ ਮਾਰਨ ਲੱਗ ਪਿਆ, ਤੇ ਗੱਦਾਰ ਅਸੀਂ ਕਿਉਂ ਨਾ ਆਖੀਏ ਫਿਰ ਇਹਨੂੰ, ਚੋਰ ਅਸੀਂ ਕਿਉਂ ਨਾ ਆਖੀਏ ਭਲਾ ਇਹਨੂੰ। ਠੀਕ ਹੈ, ਚਲੋ ਇਹ ਤਾਂ ਜਿੱਦਾਂ ਤੁਸੀਂ ਉੱਥੇ ਬੈਨਰ ਫੜੇ ਹੋਏ ਸੀ, ਮੈਂ ਤਾਂ ਸਵਾਲ ਕੀਤਾ, ਬਹੁਤ ਲੋਕਾਂ ਦਾ ਖਿਆਲ ਆ ਵੀ ਇਹੋ ਜਿਹੇ ਲਫ਼ਜ਼ ਨਹੀਂ ਵਰਤਣੇ ਚਾਹੀਦੇ। ਨਹੀਂ ਤੁਹਾਨੂੰ ਦੱਸੋ ਨਾ, ਮਤਲਬ ਹੁਣ ਦੇਖੋ ਅਸੀਂ ਹੁਣ ਇਹਦਾ ਕੋਈ ਚੰਗਾ ਹੋਰ ਅੱਖਰ ਕੋਈ ਹੋਵੇ ਤਾਂ ਸਾਨੂੰ ਦੱਸ ਦਿਓ, ਅਸੀਂ ਉਹ ਵਰਤ ਲਾਂਗੇ, ਪਰ ਜੇ ਹੁਣ ਹੈ ਹੀ ਗਦਾਰ ਤੇ ਉਹਨੂੰ ਹੁਣ ਆਪਾਂ ਨੂੰ ਕਿਹੜਾ ਅੱਖਰ ਵਰਤੀਏ ਭਲਾ ਉਹਨੂੰ ਜਿਹੜਾ ਥੋੜ੍ਹਾ ਜਿਹਾ ਤੁਹਾਨੂੰ ਸੱਭਿਅਕ ਲੱਗੇ? ਭਲਾ ਅਸੀਂ ਕੋਈ ਗਾਲ ਤਾਂ ਨਹੀਂ ਕੱਢਦੇ ਪਏ, ਅਸੀਂ ਤਾਂ ਉਹਦਾ ਜਿਹੜਾ ਗੁਣ ਹੈ ਉਹ ਸਾਹਮਣੇ ਰੱਖਦੇ ਪਏ, ਜਿੱਦਾਂ ਉਹ ਸਾਨੂੰ ਕਹਿੰਦਾ ਅਸੀਂ ਇਹਨੂੰ ਸਮਝਾ ਰਹੇ ਹਾਂ ਵੀ ਤੂੰ ਮਿੱਤਰਾ ਗਦਾਰ ਹੈ, ਤੂੰ ਤਾਂ ਚੋਰ ਹੈ, ਤੂੰ ਕਲਾ ਚੋਰ ਨਹੀਂ ਗਾ। ਦੇਖੋ ਜਿਹੜਾ ਬੰਦਾ ਇੰਨੇ ਵੱਖਰੇ ਵੱਖਰੇ ਰੰਗ ਦੇ ਕੱਪੜੇ ਪਾਉਂਦਾ ਹੈ ਉਦੋਂ ਤੁਸੀਂ ਕੀ ਕਹੋਗੇ? ਬਹਿਰੂਪੀਆ ਨਹੀਂ ਕਹੋਗੇ? ਇਹ ਸਿਰੇ ਦਾ ਬਹਿਰੂਪੀਆ, ਇਹ ਕਦੇ ਕੋਈ ਕਿਸੇ ਪਖੰਡ ਚ ਪੈ ਜਾਂਦਾ, ਕਦੇ ਕਿਸੇ ਜੇ ਕੱਪੜੇ ਪਾ ਲੈਂਦਾ, ਕਦੇ ਕੁਛ ਕਰਦਾ, ਡਰਾਮੇਬਾਜ਼ ਆ ਸਿਰੇ ਦਾ ਇਹ ਬੰਦਾ ਤਾਂ। ਗੁਰਤੇਜ ਸਿੰਘ ਜੀ, ਇਹ ਵੀ ਜਿੱਦਾਂ ਸੁਣਨ ਦੇ ਵਿੱਚ ਆਇਆ ਕਿ ਤੁਸੀਂ ਪਹਿਲਾਂ ਇਹਨਾਂ ਦੇ ਨਾਲ ਕਾਫੀ ਕਲੋਜ਼ ਵੀ ਸੀਗੇ, ਰਣਜੀਤ ਸਿੰਘ ਢੱਡੀਆਂ ਦੇ। ਹਾਂਜੀ, ਅਸੀਂ ਇਹਦੇ ਬਹੁਤ ਨੇੜੇ ਰਹੇ ਹਾਂ ਜੀ, ਅਸੀਂ ਇਹਦੇ ਬਹੁਤ ਜ਼ਿਆਦਾ ਨੇੜੇ ਰਹੇ ਹਾਂ, ਪਰ ਇਹਨੂੰ ਅਸੀਂ ਨੇੜਿਓਂ ਦੇਖਿਆ। ਦੇਖੋ ਇਹਦੇ ਵਿੱਚ ਨਾ, ਇਹਦੇ ਵਿੱਚ ਕੋਈ ਪਹਿਲਾਂ ਨੇੜਤਾ ਹੁਣ ਵਿਰੋਧਤਾ ਕਿਉਂ ਆ? ਦੇਖੋ ਗੱਲ ਸਾਡੀ ਨੇੜਤਾ ਤੁਹਾਡੀ ਮੇਰੀ ਜਾਂ ਹੋਰ ਬਾਕੀ ਵੀਰਾਂ ਭੈਣਾਂ ਸਿੱਖਾਂ ਦੇ ਨਾਲ ਕੇਵਲ ਤੇ ਕੇਵਲ ਗੁਰੂ ਕਰਕੇ ਹੈ। ਹਾਂ, ਮੇਰੇ ਰਿਸ਼ਤੇਦਾਰ ਨੇ, ਮੇਰੇ ਬੱਚੇ ਨੇ, ਮੇਰੀ ਸਿੰਘਣੀ ਹੈ, ਮੇਰੀ ਮਾਤਾ ਹੈ, ਮੇਰੇ ਪਿਤਾ ਹੈ, ਉਹ ਸਾਡਾ ਰਿਸ਼ਤਾ ਹੈ, ਪਰ ਸਾਡੀ ਸਾਂਝ ਜਿਹੜੀ ਹੈ ਨਾ ਉਹ ਕੇਵਲ ਤੇ ਕੇਵਲ ਗੁਰੂ ਕਰਕੇ, ਤੇ ਇਸੇ ਕਰਕੇ ਹੀ ਸਾਡੀ ਇਹਦੇ ਨਾਲ ਨੇੜਤਾ ਸੀ, ਇਹ ਗੁਰੂ ਦੀ ਗੱਲ ਕਰਦਾ ਸੀ। ਪਰ ਮੈਂ ਇੱਕ ਦਿਨ ਤੁਹਾਨੂੰ ਮੈਂ ਦੱਸਦਿਆਂ, ਸ਼ਾਇਦ ਪਹਿਲਾਂ ਵੀ ਮੈਂ ਸਾਂਝੀ ਕੀਤੀ ਹੋਵੇ ਗੱਲ ਕਿਸੇ ਨੂੰ ਪਤਾ ਹੋਵੇ, ਇਹ ਢੱਡੀਆਂ ਵਾਲਾ ਇੱਥੇ ਇੱਥੇ ਹੀ ਗੁਰਦੁਆਰੇ ਜਿੱਥੇ ਅਸੀਂ ਹੁੰਦੇ ਹਾਂ ਪ੍ਰਚਾਰ ਕਰਦੇ ਹਾਂ ਸਿੱਖੀ ਦਾ ਜਿੰਨੇ ਜੋਗੇ ਵੀ ਹਾਂ, ਉੱਥੇ ਇਹਨੂੰ ਸੱਦਿਆ ਜਦੋਂ ਇਹਨੂੰ ਹੋਰ ਕੋਈ ਗੁਰਦੁਆਰੇ ਵਾਲਾ ਸੱਦਣ ਨੂੰ ਤਿਆਰ ਨਹੀਂ ਸੀ, ਉਦੋਂ ਅਸੀਂ ਇਹਨੂੰ ਟਾਈਮ ਦਿੱਤਾ 3 ਦਿਨਾਂ ਦਾ, ਇਹ 2013 ਜਾਂ 14 ਦੀ ਗੱਲ ਹੈ।
ਠੀਕ ਇਹ ਉੱਥੇ ਆਇਆ, ਦੇਖੋ ਜੀ ਬਹੁਤ ਇਕੱਠ ਹੋਇਆ ਤੇ ਸੰਗਤਾਂ ਦਾ ਅਸੀਂ ਜਿੰਨੀ ਮਤਲਬ ਗਰੀਬੀ ਦਾਵੇ ਸਾਡੇ ਤੋਂ ਸੇਵਾ ਕਰ ਰਹੀ ਅਸੀਂ ਕੀਤੀ। ਤੇ ਉਸ ਦੀਵਾਨ ਤੋਂ 2 ਦਿਨ ਪਹਿਲਾਂ ਇਹਨੇ ਕਿਤੇ ਫ੍ਰੀ ਪੁਆਇੰਟ ਕਥਾ ਕਰਦਿਆਂ, ਆਪਦੇ ਵਿਚਾਰ ਦਿੰਦਿਆਂ, ਆਪਦਾ ਵਿਖਿਆਨ ਕਰਦਿਆਂ, ਆਪਦਾ ਭੰਡੀ ਪ੍ਰਚਾਰ ਉਦੋਂ ਇਹਨੇ ਸ਼ੁਰੂ ਹੀ ਕੀਤਾ ਸੀ। ਤੇ ਉਦੋਂ ਉੱਥੇ ਆ ਕੇ ਬੋਲਿਆ ਕਿ ਵੀ ਕੋਈ ਨਰਕ ਨਹੀਂ ਹੁੰਦਾ ਤੇ ਕੋਈ ਸੁਰਗ ਨਹੀਂ ਹੁੰਦਾ। ਅੱਛਾ ਜੀ। ਤੇ ਮੈਨੂੰ ਇਹ ਖੁੜਕ ਗਈ, ਮੈਂ ਕਿਹਾ ਵੀ ਇਹ ਬੰਦਾ ਮੈਨੂੰ ਲੱਗਦਾ ਵੀ ਕਿਤੋਂ ਹੋਰੋਂ ਬੋਲਦਾ। ਫਿਰ ਮੈਂ ਇਹ ਸੋਚਿਆ ਵੀ ਹੋ ਸਕਦਾ ਵੀ ਕਈ ਵਾਰੀ ਮਤਲਬ ਬੰਦੇ ਬਹਿਕਾਵੇ 'ਚ ਆ ਜਾਂਦੇ ਨੇ, ਮਾੜੀ ਮੋਟੀ ਗੱਲ ਕਰ ਜਾਂਦੇ ਨੇ ਵੀ ਚਲੋ ਆਪਾਂ ਇਹਨੂੰ ਮਿਲ ਕੇ ਗੱਲ ਕਰੀ। ਠੀਕ ਹੈ। ਮੈਂ ਤੇ ਕੋਲੇ ਚਲਿਆ ਗਿਆ ਜੀ, ਤੇ ਨਾਲ ਮੇਰੇ ਹੋਰ ਗੁਰਮੁਖ ਪਿਆਰੇ ਸਿੰਘ ਸੀ ਨਾਲ, ਤੇ ਉਹਨਾਂ ਨੇ ਮੈਨੂੰ ਸਮਾਂ ਲੈ ਕੇ ਦਿੱਤਾ। ਤੇ ਅਸੀਂ ਕਿਸੇ ਦੇ ਘਰੇ ਨੇ ਆਉਣਾ ਸੀ ਲੰਗਰ ਪ੍ਰਸ਼ਾਦਾ ਛਕਣ ਲਈ, ਤੇ ਦੀਵਾਨ ਤੋਂ ਪਹਿਲਾਂ ਕਿਤੇ ਹੋਰ ਗੁਰਦੁਆਰੇ ਦੀਵਾਨ ਸੀ, ਤੇ ਮੈਂ ਜਾ ਕੇ ਇਹਨੂੰ ਪੁੱਛਿਆ। ਮੈਂ ਕਿਹਾ ਭਾਈ ਸਾਹਿਬ ਜੀ, ਦੇਖੋ ਤੁਸੀਂ ਜਿਹੜਾ ਪ੍ਰਚਾਰ ਕਰਦੇ ਹੋ ਤੇ ਸਿੱਖਾਂ ਦੇ ਮਨ ਵਿੱਚ ਇਸ ਗੱਲ ਦੀ ਬਹੁਤ ਖੁਸ਼ੀ ਹੈ ਕਿ ਤੁਸੀਂ ਇੰਨਾ ਮਤਲਬ ਦਲੇਰੀ ਦੇ ਨਾਲ ਤੁਸੀਂ ਸਿੱਖੀ ਦੇ ਪੱਖ ਦੇ ਵਿੱਚ ਗੁਰੂ ਜੀ ਦੀ ਸ਼ਰਧਾ ਭਾਵਨਾ ਬਣਾਉਣ ਵਾਸਤੇ ਸਿੱਖਾਂ ਵਿੱਚ ਤੁਸੀਂ ਮਤਲਬ ਨਿਤਰੇ ਹੋਏ ਹੋ ਮੈਦਾਨ 'ਚ ਇਸ ਵੇਲੇ, ਥਾਂ ਥਾਂ ਅੰਮ੍ਰਿਤ ਸੰਚਾਰ ਹੋ ਰਹੇ ਨੇ। ਪਰ ਕੁਛ ਇੱਕ ਸਿੱਖਾਂ ਨੇ ਜਿਹੜੀ ਤੁਸੀਂ ਕੱਲ੍ਹ ਪਰਸੋਂ ਇਹ ਵਿਚਾਰ ਦਿੱਤੀ ਹੈ ਕਿ ਨਾ ਕੋਈ ਸੁਰਗ ਹੁੰਦਾ ਹੈ ਨਾ ਕੋਈ ਨਰਕ ਹੁੰਦਾ ਹੈ, ਤੁਸੀਂ ਇਹ ਦੱਸੋ ਵੀ ਫਿਰ ਅਸੀਂ ਕੀ ਸੋਚੀਏ ਤੁਹਾਡੀ ਇਸ ਗੱਲ ਚੋਂ ਕਿ ਭਾਈ ਗੁਰਦਾਸ ਜੀ ਗਲਤ ਸੀ ਕਿ ਠੀਕ ਸੀ? ਕਹਿੰਦਾ ਕਿੱਦਾਂ? ਮੈਂ ਕਿਹਾ ਭਾਈ ਗੁਰਦਾਸ ਜੀ ਆਪਣੀਆਂ ਵਾਰਾਂ ਵਿੱਚ ਲਿਖਦੇ ਨੇ ਕਿ ਜਿਹੜਾ ਰਾਜਾ ਜਨਕ ਹੋਇਆ ਬੜਾ ਗੁਰਮੁਖ ਹੋਇਆ, ਤੇ ਜਦੋਂ ਉਹ ਨਰਕਾਂ ਨੂੰ ਜਦੋਂ ਸਵਰਗਾਂ ਨੂੰ ਗਿਆ, ਉਹ ਆਪਣੀ ਜਦੋਂ ਉਹਨੇ ਸਵਾਸ ਪੂਰੇ ਕੀਤੇ ਤੇ ਉਹ ਜਾਂਦਾ ਸੀ ਲੈ ਕੇ ਉਹਨੂੰ, ਤੇ ਉਹਨੇ ਦੇਖਿਆ ਵੀ ਬੜੀ ਕੁਰਲਾਹਟ ਹੋ ਰਹੀ, ਉਹਨੂੰ ਕਿਸੇ ਪੁੱਛਿਆ ਵੀ ਉਹਨੇ ਆਪਣੇ ਨਾਲ ਦੇ ਉਹਨੂੰ ਵੀ ਇੱਥੇ ਕੁਰਲਾਹਟ ਕਾਹਦੀ ਹੈ, ਤੇ ਉਹ ਕਹਿੰਦੇ ਵੀ ਇਹ ਨਰਕ ਨੇ, ਇਹ ਲੋਕੀ ਦੁਖੀ ਬਹੁਤ ਨੇ, ਸਜ਼ਾ ਮਿਲ ਰਹੀ ਇਹਨਾਂ ਨੇ ਮਾੜੇ ਕਰਮ ਕੀਤੇ ਨੇ। ਤੇ ਰਾਜੇ ਜਨਕ ਨੂੰ ਉਹਨਾਂ ਨੇ ਜਦੋਂ ਜਨਕ ਨੇ ਪੁੱਛਿਆ ਵੀ ਇਹਦਾ ਹੱਲ ਕੀ, ਉਹ ਕਹਿੰਦੇ ਕਿ ਆਪਣੇ ਨਾਮ ਦਾ ਕਿਨਕਾ ਦੇਵੇ ਤੇ ਇਹਨਾਂ ਨੂੰ ਛੁਡਾ ਲਵੇ। ਤੇ ਜਨਕ ਹੁਣਾਂ ਨੇ ਆਪਣੇ ਨਾਮ ਜਪਿਆ ਹੋਇਆ, ਪੜੀ ਹੋਈ ਆਪਣੇ ਜੋ ਰੱਬ ਦਾ ਯਾਦ ਉਹਨਾਂ ਨੇ ਕੀਤਾ ਸੀਗਾ, ਅੰਤਰ ਧਿਆਨ ਹੋ ਕੇ ਜੋ ਉਹਨਾਂ ਨੇ ਉਹਦੇ ਵਿੱਚੋਂ ਨਾਮ ਦੀ ਦਾਤ ਦਿੱਤੀ। ਤੇ ਭਾਈ ਗੁਰਦਾਸ ਜੀ ਨਾਮ ਦੀ ਦਾਤ ਦੀ ਜੋ ਅਹਿਮੀਅਤ ਹੈ ਉਹ ਦਰਸਾਉਂਦੇ ਸੀ ਵੀ ਇਹ ਇਕੱਲਾ ਸਾਡੇ ਵਾਸਤੇ ਨੀ, ਵੀ ਨਰਕਾਂ 'ਚ ਜਿਹੜੇ ਡੁੱਬੇ ਨੇ ਉਹਨਾਂ ਵਾਸਤੇ ਵੀ ਲਾਹੇਵੰਦ ਹੁੰਦਾ ਇਹ ਨਰਕ ਜਿਹੜਾ ਨਾਮ ਜਪਣਾ ਜਿਹੜਾ। ਤੇ ਮੈਂ ਪੁੱਛਿਆ ਫਿਰ ਉਹ ਨਰਕ ਕਿਹੜੇ ਸੀ ਜਿੱਥੋਂ ਰਾਜੇ ਜਨਕ ਨੇ ਸਾਰੇ ਬੰਦੇ ਛੁਡਾ ਲਏ ਸੀ ਤੇ ਭਾਈ ਗੁਰਦਾਸ ਉਹਦਾ ਜ਼ਿਕਰ ਕਰਦੇ ਜਾਂ ਤਾਂ ਭਾਈ ਗੁਰਦਾਸ ਜੀ ਭੁਲੇਖੇ 'ਚ ਨੇ? ਦੇਖੋ ਜੀ ਮੈਂ ਇਹਨੂੰ ਸਾਰਾ ਪੁੱਛ ਲਿਆ ਹੈ ਨਾ, ਇਹਨੂੰ ਗੱਲ ਲੱਗ ਗਈ ਕਿ ਪਤਾ ਵੀ ਮੈਂ ਜਾਂਦਾ ਕਿਹੜੇ ਪਾਸੇ ਪਿਆ, ਹੁਣ ਮੇਰੇ ਸਾਹਮਣੇ ਇਹਨੇ ਅੱਖਾਂ ਚ ਅੱਖਾਂ ਪਾ ਕੇ ਨੀ ਗੱਲ ਕਰ ਸਕੇ, ਨੇ ਮੂੰਹ ਜਿਹਾ ਆਪਦਾ ਧੋਣ ਜੀ ਤਾਂ ਨੂੰ ਚੱਕ ਲਈ, ਜਿਵੇਂ ਨਾ ਕੋਠੇ ਤੇ ਬਾਲੇ ਗਿਣੀ ਦੇ ਹੈ, ਇਹ ਉਹਦਾ ਬਾਲੇ ਗਿਣ ਲੱਗ ਪਿਆ ਵੀ ਹਾਂ ਵੀ ਮੈਨੂੰ ਹੁਣ ਅੱਖਾਂ ਚ ਅੱਖਾਂ ਪਾ ਕੇ ਗੱਲ ਨੀ ਕਰ ਹੁੰਦੀ। ਸੋ ਦੇਖੋ ਮੈਂ ਇਹਦੇ ਨਾਲ ਨੇੜੇ ਬਹੁਤ ਰਹੇ ਹਾਂ, ਮੈਂ ਤਾਂ ਸਤਿਕਾਰ ਬਹੁਤ ਕੀਤਾ, ਮੈਨੂੰ ਇਹ ਵੀ ਗੱਲ ਕਹੀ ਸੀ ਇਹਦੇ ਘਰੇ ਜਾ ਕੇ, ਕਿਸੇ ਦੇ ਘਰੇ ਬੈਠਾ ਸੀ ਤਾਂ ਉੱਥੇ ਸੱਦਿਆ ਸਾਨੂੰ ਵੀ ਤੂੰ ਆ। ਮੈਂ ਕਿਹਾ ਬਾਬਾ ਜੀ ਵੀ ਦੇਖੋ ਤੁਸੀਂ ਹੈਗੇ ਨੌਜਵਾਨ, ਅਸੀਂ ਹੋ ਗਏ ਬੁੱਢੇ, ਨੌਜਵਾਨਾਂ ਦੀ ਸੁਣਦੇ ਨੌਜਵਾਨ, ਤੇ ਤੁਸੀਂ ਨਾ ਬੱਚਿਆਂ ਨੂੰ ਇਹ ਪ੍ਰੇਰਨਾ ਦਿਓ ਕਿ ਤੁਸੀਂ ਬੱਚਿਆਂ ਨੂੰ ਇਹ ਪ੍ਰੇਰਨਾ ਦਿਓ ਕਿ ਆਪਾਂ ਸੱਚੀ ਦੇ ਨਾਲ ਜੁੜੀਏ ਤੇ ਆਪਣੀ ਪੰਜਾਬੀ ਬੋਲੀ ਦੇ ਨਾਲ ਜੁੜੀਏ, ਆਪਾਂ ਸਿਧਾਂਤ ਦੇ ਨਾਲ ਜੁੜੀਏ। ਮੈਂ ਕਹਿੰਦਾ ਰਹੇ ਰੱਬ ਦਾ ਨਾਂ, ਇਸ ਬੰਦੇ ਨੇ ਕਦੇ ਇਹ ਗੱਲ ਕੀਤੀ ਹੋਵੇ ਕਿ ਬੱਚਿਆਂ ਨੂੰ ਸਿੱਖੀ ਨਾਲ ਜੋੜੋ? ਇਹਨੇ ਬੱਚਿਆਂ ਨੂੰ ਹੋਰ ਹੋਰ ਊਟ ਪਟਾਂਗ ਚੀਜ਼ਾਂ ਬਾਰੇ ਤਾਂ ਦੱਸੀ ਜਾਂਦਾ ਹੈ ਵੀ ਇਹਨਾਂ ਨਾਲ ਜੁੜੋ ਤੇ ਤੁਸੀਂ ਇਹ ਕਰ ਲਓ ਊ ਕਰ ਲਓ, ਬ੍ਰੇਨ ਵਾਸ਼ ਕਰਦਾ ਬੱਚਿਆਂ ਦਾ ਆਪ ਏ, ਕਹਿੰਦਾ ਸਾਨੂੰ ਹੈ। ਸੋ ਸਾਡੀ ਨੇੜਤਾ ਰਹੀ ਹੈ, ਸਾਡੀ ਨੇੜਤਾ ਦੇ ਨਾਲ ਸੀਗੀ ਸਿਧਾਂਤ ਕਰਕੇ, ਜਦੋਂ ਇਹਨੇ ਸਿਧਾਂਤ ਦਾ ਪੱਲਾ ਛੱਡ ਦਿੱਤਾ, ਸਿੱਖੀ ਦਾ ਪੱਲਾ ਛੱਡ ਦਿੱਤਾ, ਤੇ ਸਾਡੀ ਕਾਹਦੀ ਨੇੜਤਾ ਭਾਈ? ਤੇ ਠੀਕ ਹੈ, ਸੋਸ਼ਲ ਮੀਡੀਆ ਖਾਸ ਤੌਰ ਤੇ ਆਪਾਂ ਸਿੱਖ ਮੀਡੀਆ ਦੀ ਗੱਲ ਕਰੀਏ, ਇਹਦੇ ਚ ਮੀਡੀਏ ਨੂੰ ਜਾਂ ਸੋਸ਼ਲ ਮੀਡੀਆ ਨੂੰ ਜਾਂ ਆਪਾਂ ਸਾਰਿਆਂ ਨੂੰ ਕਿਹੋ ਜਿਹਾ ਮਤਲਬ ਹੱਥ ਸਿੱਖ ਨੂੰ ਰੋਲ ਨਿਭਾਉਣਾ ਚਾਹੀਦਾ ਕਿ ਕਿਵੇਂ ਮਤਲਬ ਜਿਹੜੇ ਏਦਾਂ ਦੇ ਬੰਦੇ ਆ, ਕੋਈ ਵੀ ਅੱਜ ਰਣਜੀਤ ਸਿੰਘ ਢੱਡਰੀਆਂ ਵਾਲਾ, ਕੱਲ ਨੂੰ ਹੋਰ ਕੋਈ ਹੋ ਸਕਦਾ, ਇਹਨਾਂ ਦੀ ਰੋਕਥਾਮ ਕਿੱਦਾਂ ਕੀਤੀ ਜਾ ਸਕੇ? ਦੇਖੋ ਜੀ ਆਵਾਜ਼ ਏ ਕੌਮ
ਤੇ ਹੋਰ ਨਾਲ ਦੇ ਜਿੰਨੇ ਵੀ ਸਿੱਖ ਮੀਡੀਆ ਆਊਟਲੈਟ ਨੇ, ਤੁਸੀਂ ਇੱਕ ਸ਼ੀਸ਼ੇ ਦਾ ਰੋਲ ਨਿਭਾ ਰਹੇ ਹੋ। ਜੋ ਤੁਸੀਂ ਸੰਗਤ ਨੂੰ ਦਿਖਾਓਗੇ ਉਹੀ ਜੀ ਗਾਂ ਸੰਗਤ ਦਾ, ਮਤਲਬ ਉਹਦੇ 'ਤੇ ਪ੍ਰਭਾਵ ਪੈਣਾ। ਸਾਡਾ ਫਰਜ਼ ਇਹ ਬਣਦਾ ਕਿ ਅੱਜ ਕੌਮ ਗੁਲਾਮ ਹੈ, ਇਸ ਗੱਲ ਨੂੰ ਕੋਈ ਅੱਜ ਮੰਨ ਲਵੇ, ਇਸ ਗੱਲ ਨੂੰ ਕੋਈ ਕੱਲ੍ਹ ਮੰਨ ਲਵੇ, ਸਾਡੇ ਉੱਤੇ ਸਰਕਾਰਾਂ ਦਾ ਪ੍ਰਭਾਵ ਜ਼ਬਰਦਸਤੀ ਧੱਕੇ ਨਾਲ ਪਾਇਆ ਜਾ ਰਿਹਾ। ਜੋ ਮੰਗੂ ਮੱਠ ਦੇ ਵਿੱਚ ਗੁਰਦੁਆਰੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦਾ ਸਥਾਨ ਢਾਇਆ ਗਿਆ, ਜੋ ਉੱਥੇ ਯੂਪੀ ਦੇ ਵਿੱਚ ਗੋਦੜੀ ਗਿਆਨ ਗੋਦੜੀ ਗੁਰਦੁਆਰਾ ਢਾਇਆ ਗਿਆ, ਹੋਰ ਅਨੇਕਾਂ ਥਾਵਾਂ 'ਤੇ ਜੋ ਇਸ ਵੇਲੇ ਧੱਕਾ ਸਿੱਖਾਂ ਨਾਲ ਹੋ ਰਿਹਾ, ਉਹਦੇ ਬਾਰੇ ਮੈਨੂੰ ਲੱਗਦਾ ਆਪਾਂ ਨੂੰ ਬਹੁਤੀ ਗੱਲ ਕਰਨ ਦੀ ਲੋੜ ਹੈ, ਸਿੱਖਾਂ ਨੂੰ ਜਗਾਉਣ ਦੀ ਲੋੜ ਹੈ, ਨਾ ਕਿ ਢੱਡੀਆਂ ਵਾਲਿਆਂ ਵਰਗੇ ਇਹੋ ਜਿਹੇ ਮੂਰਖਾਂ ਦੇ ਪ੍ਰਚਾਰ ਦੇ ਵਿੱਚ ਆਪਾਂ ਨੂੰ ਬਿਲਕੁਲ ਨਹੀਂ ਕੋਈ ਟਾਈਮ ਜਾਇਆ ਕਰਨਾ ਚਾਹੀਦਾ। ਆਪਾਂ ਨੂੰ ਬਹੁਤ ਜ਼ਿੰਮੇਵਾਰੀ ਦੇ ਨਾਲ ਇਸ ਗੱਲ 'ਤੇ ਆਪਾਂ ਨੂੰ ਪਹਿਰਾ ਦੇਣ ਦੀ ਲੋੜ ਹੈ ਕਿ ਆਪਾਂ ਆਮ ਸਿੱਖਾਂ ਨੂੰ ਇਸ ਗੱਲ ਤੋਂ ਜਾਣੂ ਕਰਵਾਈਏ ਕਿ ਜਿਹੜੀ ਗੱਲ ਮਹਾਂਪੁਰਖ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਕਰਦੇ ਰਹੇ ਨੇ ਕਿ ਸਿੱਖ ਹਿੰਦੁਸਤਾਨ ਦੇ ਵਿੱਚ 2 ਨੰਬਰ ਦੇ ਸ਼ਹਿਰੀ ਨੇ, ਤੇ ਇਸ ਗੱਲ ਨੂੰ ਕਿ ਸਿੱਖ ਹਿੰਦੁਸਤਾਨ ਦੇ ਵਿੱਚ ਗੁਲਾਮ ਬਣ ਕੇ ਆਪਾਂ ਨਹੀਂ ਰਹਿਣਾ, ਇਸ ਗੱਲ ਤੇ ਆਪਾਂ ਨੂੰ ਬਹੁਤ ਜ਼ਿਆਦਾ ਲੋੜ ਹੈ ਕਿ ਜ਼ਿੰਮੇਵਾਰੀ ਦੇ ਨਾਲ ਪ੍ਰਚਾਰ ਕਰੀਏ। ਗੁਰਤੇਜ ਸਿੰਘ ਜੀ, ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ। ਫੇਰ ਵੀ ਆਖਿਰ ਦੇ ਵਿੱਚ ਮੈਂ ਕੋਈ ਗੱਲ ਨਾ ਪੁੱਛੀ ਹੋਵੇ ਤੁਸੀਂ ਦੱਸਣਾ ਚਾਹੋ, ਤੇ ਜਿਹੜਾ ਸੈਕਰੋਮੈਂਟ ਦੇ ਵਿੱਚ ਅੱਜ ਵੀ ਤੁਸੀਂ ਪ੍ਰੋਟੈਸਟ ਕਰ ਰਹੇ ਹੋ, ਤੇ ਸ਼ਾਇਦ ਜੇ ਕੱਲ ਦਾ ਦਿਨ ਵੀ 2-3 ਦਿਨ ਦਾ ਪ੍ਰੋਗਰਾਮ ਆ, ਇਹਦੇ ਸੰਬੰਧ ਦੇ ਵਿੱਚ ਆਮ ਵਿਅਕਤੀ ਜਿਹੜਾ ਵੀ, ਚਲੋ ਆਪਣਾ ਸੋਸ਼ਲ ਮੀਡੀਆ ਨਾਲ ਜੁੜਿਆ, ਤੁਹਾਡੇ ਨਾਲ ਜੁੜਿਆ ਆ, ਉਹ ਉੱਥੇ ਆ ਕੇ ਕੀ ਕਰ ਸਕਦਾ, ਕਿਵੇਂ ਤੁਹਾਡੇ ਨਾਲ ਮਤਲਬ ਉਹ ਰੋ ਸਕਦਾ, ਜਾਂ ਤੁਸੀਂ ਉਹਨਾਂ ਨੂੰ ਕੀ ਅਪੀਲ ਕਰਨੀ ਚਾਹੁੰਦੇ? ਅਸੀਂ ਤਾਂ ਸਿਰਫ ਇੱਕੋ ਹੀ ਬੇਨਤੀ ਕਰਨੀ ਚਾਹੁੰਦੇ ਹਾਂ ਕਿ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਸਾਡੇ ਵਾਸਤੇ ਆਪਣਾ ਸਰਬੰਸ ਵਾਰ ਦਿੱਤਾ। ਹਾਂਜੀ, ਤੇ ਜੇ ਅੱਜ ਜਦੋਂ ਸਾਡੇ ਗੁਰੂ ਸਾਹਿਬ ਜੀ ਤੇ ਸਾਡੇ ਇਤਿਹਾਸ ਦੇ ਉੱਤੇ ਕੋਈ ਕਿੰਤੂ ਪਰੰਤੂ ਕਰਦਾ, ਤੇ ਜੇ ਆਪਾਂ ਰਜਾਈਆਂ ਵਿੱਚ ਬਹਿ ਕੇ ਤੇ ਪਿਆਲੀਆਂ ਹੱਥ ਫੜ ਕੇ ਚਾਹ ਦੀਆਂ ਜਾਂ ਹੋਰ ਕਿਸੇ ਚੀਜ਼ ਦੀਆਂ ਬਹਿ ਕੇ ਆਪਣੀ ਸ਼ਾਮ ਬਿਤਾਉਣੀ ਹੈ ਤੇ ਤੁਹਾਨੂੰ ਉਹਦੀ ਵਧਾਈ ਹੋਵੇ, ਪਰ ਜੇ ਤੁਹਾਡੀ ਜ਼ਮੀਰ ਜਾਗਦੀ ਹੈ ਤੇ ਤੁਹਾਨੂੰ ਅੱਜ ਵੀ ਤੇ ਕੱਲ੍ਹ ਐਤਵਾਰ ਨੂੰ ਵੀ ਇੱਥੇ ਸਾਡੇ ਨਾਲ ਮੋਢੇ ਨਾਲ ਮੋਢਾ ਆ ਕੇ ਜੋੜੋ ਕਿ ਤੁਸੀਂ ਇਸ ਗੱਲ ਦਾ ਸਬੂਤ ਦੇ ਸਕੋ ਕਿ ਆਪਾਂ ਸਾਰੇ ਇਸ ਨਿੰਦਕ ਨੂੰ ਆਪਾਂ ਉਹਨੂੰ ਉਹਦਾ ਵਿਰੋਧ ਕਰਨਾ ਹੈ। ਇਹਦੇ ਨਾਲ ਪਤਾ ਇੱਕ ਪ੍ਰਭਾਵ ਹੋਰ ਕੀ ਪੈਂਦਾ, ਦੇਖੋ ਆਮ ਸੰਗਤ ਮੈਨੂੰ ਬਹੁਤ ਇਹੋ ਜਿਹੀ ਜਾਣਦੀ ਹੈ ਜਿਹੜੇ ਇਹਦੇ ਇਹਦੇ ਹੱਕ 'ਚ ਨਹੀਂ ਹੈ, ਪਰ ਬਾਹਰ ਨਹੀਂ ਆਉਂਦੇ, ਉਹਨਾਂ ਦਾ ਕੰਫਰਟ ਜ਼ੋਨ ਨਹੀਂ ਹੈਗਾ, ਉਹਨੂੰ ਲੱਗਦਾ ਵੀ ਸਾਨੂੰ ਅਸੀਂ ਬਾਹਰ ਜਾਵਾਂਗੇ ਖਬਰੇ ਸਾਨੂੰ ਕੋਈ ਦੇਖ ਲੂਗਾ, ਵੀ ਦੇਖ ਲੂਗਾ ਤੇ ਕਿਹੜਾ ਮੂੰਹ ਜਿਹਾ ਪਾ ਲੂਗਾ, ਪਰ ਜੇ ਵੱਡੀ ਗਿਣਤੀ ਵਿੱਚ ਆਪਾਂ ਜਾਵਾਂਗੇ ਤੇ ਉਹਦੇ ਨਾਲ ਜਿਹੜੇ ਆਮ ਜਿਹੜੇ ਗਰੀਬ ਸਿੱਖ ਭੁਲੇਖੇ ਵਿੱਚ ਨੇ, ਅਗਿਆਨ ਨੇ, ਅਗਿਆਨੀ ਨੇ, ਉਹਨਾਂ ਨੂੰ ਇਸ ਗੱਲ ਦਾ ਪਤਾ ਲੱਗਦਾ ਵੀ ਇਹ ਆਏ ਕਾਹਤੇ ਨੇ ਇੱਥੇ ਵੱਡੀ ਗਿਣਤੀ ਦੇ ਵਿੱਚ, ਨਾਲੇ ਪ੍ਰਸ਼ਾਸਨ ਨੂੰ ਪਤਾ ਲੱਗਦਾ ਵੀ ਇਹ ਵੱਡੀ ਗਿਣਤੀ ਦੇ ਵਿੱਚ ਲੋਕ ਆਏ ਨੇ, ਵੀ ਇਹ ਜ਼ਰੂਰ ਇਸ ਬੰਦੇ ਦੀ ਕੋਈ ਨਾ ਕੋਈ ਮੂਰਖਤਾ ਹੋਣੀ ਹੈ, ਵੀ ਇਹਦੀ ਬੇਹੁਦਾ ਗੱਲਾਂ ਕਰਕੇ ਮਤਲਬ ਇਹਦਾ ਵਿਰੋਧ ਕਰ ਰਹੇ ਨੇ, ਸੋ ਅੱਗੇ ਤੋਂ ਉਹ ਵੀ ਉਹਨੂੰ ਰੋਕ ਸਕਦੇ, ਸਾਨੂੰ ਫਿਰ ਮੁੜ ਕੇ ਜਾਣ ਦੀ ਲੋੜ ਹੀ ਨਹੀਂ ਪੈਣੀ। ਠੀਕ ਹੈ, ਜਿਹੜੀ ਸਭ ਤੋਂ ਵੱਡੀ ਗੱਲ ਮੈਂ ਸਮਝਦਾ, ਦੇਖੋ ਸ੍ਰੀ ਅਕਾਲ ਤਖਤ ਸਾਹਿਬ ਦੇ ਜਿੰਨੇ ਵੀ ਹੁਕਮਨਾਮੇ ਆਏ ਨੇ ਉਹ ਲਾਗੂ ਤਾਂ ਸਿੱਖਾਂ ਨੇ ਕਰਵਾਉਣੇ ਨੇ ਨਾ, ਉਹ ਤਾਂ ਸਾਡਾ ਹੀ ਫਰਜ਼ ਬਣਦਾ ਹੈ ਨਾ, ਉਹ ਹੁਣ ਅਕਾਲ ਤਖਤ ਸਾਹਿਬ ਦਾ ਜਥੇਦਾਰ ਜਾਂ ਅਕਾਲ ਤਖਤ ਸਾਹਿਬ ਤੋਂ ਕੋਈ ਬੰਦਾ ਆ ਕਰਕੇ ਤਾਂ ਨਹੀਂ ਨਾ ਮਤਲਬ ਲਾਗੂ ਕਰਾਊਗਾ ਆ ਕੇ, ਉਹ ਤਾਂ ਸਾਡਾ ਫਰਜ਼ ਬਣਦਾ, ਤੇ ਜੇ ਭਗੌੜਾ ਹੈ ਉਹਨਾਂ ਦੇ ਬਣਾਈ ਕਮੇਟੀ ਤੋਂ ਵਿਦਵਾਨਾਂ ਤੋਂ ਆ ਕੇ ਗੱਲ ਨਹੀਂ ਕਰਦਾ ਤਾਂ ਸਾਨੂੰ ਹੀ ਆਵਾਜ਼ ਉਠਾਉਣੀ ਪੈਣੀ ਹੈ ਨਾ ਸਿੱਖਾਂ ਨੂੰ, ਬਈ ਤੂੰ ਜਾ ਉੱਥੇ ਜਾ ਕੇ ਗੱਲਬਾਤ ਕਰ ਉਹਨਾਂ ਨਾਲ ਜਾ ਕੇ, ਇੱਥੇ ਕਿਸੇ ਨੂੰ ਦੱਸਣ ਆਇਆ ਭਲਾ ਬ੍ਰੇਨ ਵਾਸ਼ ਕਰਦਾ ਫਿਰਦਾ ਤੂੰ ਲੋਕਾਂ ਨੂੰ ਆ ਕੇ ਇੱਥੇ। ਸੋ ਭਾਈ ਸਿੱਖਾਂ ਨੂੰ ਇਹ ਅਪੀਲ ਹੈ, ਵੱਧ ਚੜ੍ਹ ਕੇ ਆਓ, ਆਪਾਂ ਨੂੰ ਚੇਤ ਕੇਵਲ ਤੇ ਕੇਵਲ ਸ਼ਬਦ ਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਣੀ ਚਾਹੀਦੀ, ਕਿਸੇ ਮਨੁੱਖ ਦੀ ਨਹੀਂ ਹੋਣੀ ਚਾਹੀਦੀ। ਆਪਾਂ ਗੁਲਾਮ ਹਾਂ, ਆਪਾਂ ਆਜ਼ਾਦ ਹੋਣਾ, ਆਪਾਂ ਰਲ ਕੇ ਜੇ ਤੁਰਾਂਗੇ, ਜਮਾਤ ਕਰਾਮਾਤ ਹੁੰਦੀ ਹੈ, ਸੋ ਆਪਾਂ ਸਾਰਿਆਂ ਨੇ ਰਲ ਕੇ ਆਪਣਾ ਮੋਢੇ ਨਾਲ ਮੋਢਾ ਲਾ ਕੇ ਆਪਾਂ ਤੁਰੀਏ, ਤੇ ਜਿੱਦਾਂ 13 ਅਪ੍ਰੈਲ 1978 ਦੀ ਵਿਸਾਖੀ ਤੇ
ਸਾਰਿਆਂ ਸਿੰਘਾਂ ਨੇ ਆਪਣੇ ਮਤਭੇਦ ਭੁਲਾ ਕੇ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਕੀਤੀ ਅਰਦਾਸ ਤੇ ਫੁੱਲ ਚੜਾਉਣ ਵਾਸਤੇ ਸ਼ਾਂਤਮਈ ਤਰੀਕੇ ਨਾਲ ਰੋਸ ਕਰਨ ਵਾਸਤੇ ਨਰਕਧਾਰੀਆਂ ਨੂੰ ਉੱਧਰ ਕੁਛ ਕੀਤਾ ਸੀ, ਇਹ ਸਾਡਾ ਵੀ ਅੱਜ ਫਰਜ਼ ਬਣਦਾ। ਇਹ ਅੱਜ ਉਹੀ ਸਮਾਂ, ਫਰਕ ਸਿਰਫ ਇੰਨਾ, ਉਦੋਂ ਨਰਕਧਾਰੀਏ ਗੁਰਦੁਆਰੇ ਤੋਂ ਬਾਹਰ ਬੈਠੇ ਸੀ, ਅੱਜ ਨਰਕਧਾਰੀਏ ਗੁਰਦੁਆਰਿਆਂ ਦੇ ਵਿੱਚ ਵੀ ਬੈਠੇ ਨੇ। ਸੋ ਮੈਂ ਇੰਨੀ ਬੇਨਤੀ ਕਰਨੀ ਚਾਹੁੰਦਾ ਜੀ। ਬਹੁਤ ਬਹੁਤ ਧੰਨਵਾਦ ਜੀ ਗੁਰਤੇਜ ਸਿੰਘ ਜੀ, ਤੁਸੀਂ ਸਮਾਂ ਦਿੱਤਾ ਤੇ ਫਿਰ ਵੀ ਅਸੀਂ ਜਿਹੜੀ ਰਿਪੋਰਟ ਲੈਂਦੇ ਰਵਾਂਗੇ ਜਦੋਂ ਵੀ ਤੁਹਾਡੇ ਕੋਈ ਗੱਲਬਾਤ ਹੋਵੇ। ਆਵਾਜ਼ੇ ਕੌਮ ਹਮੇਸ਼ਾ ਪੰਥ ਦੇ ਨਾਲ ਖੜਾ ਹੈ, ਤੁਹਾਡੇ ਨਾਲ ਖੜਾ ਹੈ, ਤੇ ਤੁਸੀਂ ਆਪਣੀ ਗੱਲ ਤੇ ਖੁੱਲੇ ਦਿਲ ਨਾਲ ਕਰ ਸਕਦੇ ਹੋ। ਬਹੁਤ ਬਹੁਤ ਧੰਨਵਾਦ ਜੀ, ਵਾਹਿਗੁਰੂ ਜੀ ਕਾ ਖਾਲਸਾ। ਆਵਾਜ਼ੇ ਕੌਮ ਸਾਰੇ ਸਰੋਤਿਆਂ ਦਾ ਮੈਂ ਤਹਿ ਦਿਲ ਤੋਂ ਧੰਨਵਾਦ ਕਰਦਾ। ਕੀਤੀਆਂ ਹੋਈਆਂ ਭੁੱਲਾਂ ਆਪ ਜੀ ਖਿਮਾ ਕਰ ਦੇਣੀਆਂ, ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ।